ਜਿਹੜੀਆਂ ਜਿਵੇਂ ਬੱਚੇ ਵੱਡੇ ਵੱਡੇ ਹੋ ਜਾਂਦੇ ਫਿਰ ਵੀ ਸਿੱਖਦੀਆਂ, ਚਲੋ ਸਿੱਖਣ ਦੀ ਚਾਹਤ ਤੇ ਹੈਗੀ ਆ, ਬੁੱਢੇ ਬਾਰੇ ਵੀ ਸਿੱਖ ਲਓ ਕੋਈ ਗੱਲ ਨਹੀਂ, ਸਿੱਖਣ ਆਪਾਂ ਨੂੰ ਜ਼ਰੂਰ ਚਾਹੀਦਾ ਵਾ ਕਿ ਆਪਾਂ ਉਹਨਾਂ ਭੈਣਾਂ ਵਾਸਤੇ ਵਲੌਗ ਬਣਾਇਆ ਵੀ ਜਿਹਨਾਂ ਨੂੰ ਜਾਂਚ ਨਹੀਂ ਹੈਗੀ, ਤੇ ਬਾਕੀ ਜਿਹਨਾਂ ਨੇ ਪਹਿਲੀ ਵਾਰੀ ਸੀ ਕੇ ਪਾਉਣਾ ਨਾ ਕਿਤੇ ਆਪਦਾ ਸੂਟ ਆਪ ਕਟਿੰਗ ਕਰਕੇ ਸੀ ਕੇ ਪਾ ਕੇ ਦੇਖਿਓ ਵੀ ਕਿੰਨਾ ਆਪਣੇ ਆਪ ਨੂੰ ਤਾਂ ਨਾ ਐਂ ਲੱਗਣਾ ਵੀ ਮੈਨੂੰ ਕੋਈ ਤਾਰੀਫ ਮੇਰੀ ਕਰੀ ਜਾਵੇ ਵੀ ਤੂੰ ਆਪੇ ਸੂਟ ਸੀ ਕੇ ਪਾਇਆ, ਤੂੰ ਆਪੇ ਸੂਟ ਸੀ ਕੇ ਪਾਇਆ। ਇਹ ਨਿਸ਼ਾਨ ਆਪਣਾ ਤੇ ਉਧਰੋਂ ਇਹ ਨਿਸ਼ਾਨ ਆ, ਇਹ ਨਿਸ਼ਾਨ ਨੂੰ ਇਦਾਂ ਤੁਸੀਂ ਇੰਚੀ ਟੇਪ ਰੱਖ ਕੇ ਤੇ ਐ ਮਿੰਤੀ ਦੇ ਤੇ ਨਿਸ਼ਾਨ ਲਾ ਦੇ, ਤੇ ਬਾਕੀ ਇਹਨਾਂ ਦੇ ਵਿੱਚੋਂ ਇੱਕ ਦੋ ਸੂਟ ਹੀ ਮੈਂ ਲੈ ਕੇ ਆਈ, ਬਾਕੀ ਸਾਰੇ ਦਿੱਤੇ ਹੀ ਆ, ਕਦੀ ਕੋਈ ਭੈਣ ਭਰਾ ਆ ਗਿਆ ਉਹਨੇ ਦੇਤੇ, ਕਦੀ ਕੋਈ ਭੈਣ ਭਰਾ, ਮੈਨੂੰ ਕੋਈ ਇਸ ਚੀਜ਼ ਦੀ ਸੰਗ ਸ਼ਰਮ ਨਹੀਂ ਹੈਗੀ। ਜੇ ਕਿਸੇ ਨੇ ਦਿੱਤਾ ਵਧੀਆ ਆਪਣੇ ਪਾਉਣ ਨੂੰ ਦਿੱਤਾ, ਆਪਾਂ ਨੂੰ ਪਾਉਣਾ ਚਾਹੀਦਾ। ਕਈ ਭੈਣਾਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀਆਂ। ਡਿਜ਼ਾਈਨ ਇਸ ਤਰ੍ਹਾਂ ਦਾ ਸੀਗਾ, ਇਹ ਮੇਰੇ ਭਾਬੀ ਮੈਨੂੰ ਦੇਖ ਕੇ ਗਏ ਸੀਗੇ ਸੂਟ, ਤੇ ਚਲ ਮੈਨੂੰ ਲੱਗਦਾ ਕਿ ਮੈਂ ਉਹਨਾਂ ਦਾ ਦਿੱਤਾ ਸੂਟ ਪਾਊਂਗੀ, ਉਹਨਾਂ ਨੂੰ ਵਧੀਆ ਲੱਗੂਗਾ ਵੀ ਹਾਏ ਮੇਰਾ ਦਿੱਤਾ ਸੂਟ ਪਾਇਆ ਨਾ, ਹਨਾ। ਮੈਨੂੰ ਇਹ ਚੀਜ਼ ਦੀ ਸ਼ਰਮ ਨਹੀਂ ਹੁੰਦੀ, ਕੋਈ ਲੋਕੀ ਆਖਣਗੇ ਲੈ ਅਗਲੇ ਦੇ ਘਰ ਉਹਦਾ ਦਿੱਤਾ ਹੀ ਸੂਟ ਪਾ ਕੇ ਜਾਈਏ, ਮੈਨੂੰ ਨਹੀਂ ਇਸ ਚੀਜ਼ ਦੀ ਸ਼ਰਮ ਹੈਗੀ। ਕਈ ਸੂਟ ਦੇਖਿਓ ਵੀ ਸਾਰੇ ਹੀ ਜ਼ਿੰਦਗੀ ਉਹ ਵਿਚਾਰੇ ਘੁੰਮਦੇ ਹੀ ਰਹਿੰਦੇ ਆ, ਮੈਂ ਦਿੱਤਾ ਆਪਣੀ ਮਾਮੀ ਨੂੰ, ਮਾਮੀ ਨੇ ਦਿੱਤਾ ਗਾ ਆਪਣੀ ਨਨਾਣ ਨੂੰ, ਨਨਾਣ ਨੇ ਦਿੱਤਾ ਗਾ ਚਾਚੀ ਨੂੰ, ਘੁੰਮ ਘੁਮਾ ਕੇ ਫਿਰ ਭਾਵੇਂ ਉਹ ਮੇਰੇ ਕੋਲ ਹੀ ਆ ਜਾਏ। ਬਾਕੀ ਇੱਕ ਆਪਾਂ ਸਲਵਾਰ ਕੱਟਣੀ ਤੁਹਾਨੂੰ ਦੱਸਾਂਗੇ ਵੀ ਜੇ ਤੁਹਾਡੇ ਕੋਲ ਕੱਪੜਾ ਥੋੜਾ ਵਾ ਤੇ ਉਹਨੂੰ ਸਲਵਾਰ ਨੂੰ ਖੁੱਲੀ ਕਿਵੇਂ ਬਣਾਉਣਾ ਵਾ ਆਪਾਂ। ਕਿਵੇਂ ਦੇਖੋ ਪਲੇਨ ਕੱਪੜਾ ਇੱਧਰ ਵੀ ਉੱਧਰ ਵੀ ਆ, ਮੇਰੇ ਕੋਲ ਕੱਪੜਾ ਵਾਧੂ ਹੈ, ਇਸ ਕਰਕੇ ਆਪਾਂ ਇਹਨੂੰ ਕੱਪੜੇ ਨੂੰ ਸਾਈਡ ਤੋਂ ਨਹੀਂ ਉਤਾਰਿਆ, ਪੌਂਚਿਆਂ ਨੂੰ ਲੱਖ ਜੂਗਾ ਤੇ ਪੌਂਚਿਆਂ ਨੂੰ ਆਪਾਂ ਟਾਕੀ ਲਾ ਦਾਂਗੇ। ਫਿਰ ਆਪਾਂ ਐਕਸਟਰਾ ਜਿਹੜਾ ਵਾ 2 ਇੰਚ ਕੱਪੜਾ ਵੱਧ ਰੱਖਣਾ, ਜਿਹੜੀ ਆਪਾਂ ਸੀਮ ਦੇ ਵਿੱਚ ਕੱਪੜਾ ਵੱਧ ਰੱਖੀਦਾ, ਇਹਦਾ ਵੀ ਜਿਹੜਾ ਬਹੁਤ ਹੀ ਵੱਡਾ ਜਿਹੜਾ ਫਾਇਦਾ ਹੁੰਦਾ ਕੱਪੜਾ ਵੱਧ ਰੱਖਣ ਦਾ ਕਿਸੇ ਵੇਲੇ, ਕਿਉਂਕਿ ਸਰੀਰ ਦਾ ਕੋਈ ਪਤਾ ਨਹੀਂ ਹੁੰਦਾ ਮੋਟਾ ਹੋਣਾ ਪਤਲਾ ਹੋਣਾ, ਜਿਹੜਾ ਵੱਧ ਕੱਪੜਾ ਰੱਖਿਆ ਨਾ ਪੂਰੀ ਆਪਾਂ ਗੁਲਾਈ ਪਾ ਦੇਣੀ। ਇਹ ਵੀ ਮੋਢੇ ਦੀ ਕਟਿੰਗ, ਨਿਸ਼ਾਨ ਦੇ ਬਾਰ ਬਾਰ ਹੀ ਕੱਟਣਾ ਹੁੰਦਾ, ਤੁਸੀਂ ਅੰਦਰ ਬਾਰ ਕੱਟਿਆ ਕਈ ਵੇਲੇ ਕੱਪੜਾ ਵੀ ਘੱਟ ਜਾਂਦਾ ਵਾ। ਤੁਸੀਂ ਮੈਂ ਬਾਰ ਬਾਰ ਕਹਿ ਰਹੀ ਹਾਂ ਵੀ ਕੱਪੜਾ ਜਿਹੜਾ ਵੱਧ ਥੋੜਾ ਥੋੜਾ ਰੱਖਿਓ, ਕਿਉਂਕਿ ਵੱਧ ਕੱਪੜੇ ਦਾ ਇਲਾਜ ਹੈਗਾ ਵਾ, ਘੱਟ ਕੱਪੜੇ ਦਾ ਕੋਈ ਇਲਾਜ ਨਹੀਂ, ਮੁੜ ਕੇ ਜੋੜ ਪਾਉਂਦੇ ਫਿਰਾਂਗੇ ਆਪਾਂ। ਪਹਿਲਾਂ ਇਹਨੂੰ ਆਪਾਂ ਸਿੱਧਾ ਕੈਂਚੀ ਨਾਲ ਕੱਟਣਾ ਤੇ ਜਿੱਥੋਂ ਆਪਾਂ ਇਹ ਗੁਲਾਈ ਲਈ ਹੈ ਇਨਵਾਜੇ, ਫਿਰ ਤੁਸੀਂ ਕੋਈ ਹਲਕਾ ਜਿਹਾ ਸੂਟ ਜਿਵੇਂ ਸਾਡੀਆਂ ਦਾਦੀਆਂ ਮੰਮੀਆਂ ਦੱਸਦੀਆਂ ਵੀ ਅਸੀਂ ਵੀ 2-2.5 ਸੌ ਦਾ ਕੋਈ ਸੂਟ ਲਿਆ ਕੇ ਉਹਦੀ ਕਟਿੰਗ ਕਰਕੇ ਉਹਨੂੰ ਸਿਲਾਈ ਕਰਕੇ ਦੇਖ ਲਿਓ, ਪੂਰਾ ਪਰਫੈਕਟ ਹੋ ਗਿਆ, ਫਿਰ ਤੁਸੀਂ ਮਹਿੰਗਾ ਸੂਟ ਵੀ ਕੱਟ ਸਕਦੇ। ਜਿਹੜੀਆਂ 2 ਸਲਵਾਰਾਂ ਰਹਿ ਗਈਆਂ, ਜਿਵੇਂ ਚਿੱਟੇ ਸੂਟ ਨਾਲ ਤੁਸੀਂ ਕਿਹਾ ਸੀਗਾ ਵੀ ਰੰਗਦਾਰ ਸਲਵਾਰ ਬਣਾਇਓ, ਇਹ ਕਮੀਜ਼ ਤੇ ਮੈਂ ਕੱਟ ਲਿਆ ਤੇ ਸਲਵਾਰਾਂ ਕੱਟਣ ਵਾਲੀਆਂ ਰਹਿ ਗਈਆਂ। ਇਹ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਾਲੇ ਸੂਟ ਦੀ ਸਲਵਾਰ ਕੱਟੀ, ਇਸੇ ਤਰ੍ਹਾਂ ਹੀ ਟੋਟੇ ਵਾਂਗੂ ਇਹ ਸਲਵਾਰ ਬਣਾਉਣੀ ਆ। ਇਹ ਕਾਟਨ ਦਾ, ਇਹ ਸ਼ਾਂਟਲ ਜੀ ਦਾ ਕੱਪੜਾ ਵਾ। ਚਿੱਟੀ ਸਲਵਾਰ ਵੀ ਇੱਕ ਮੈਂ ਲਿਆਈ ਸੀ ਤੇ ਇੱਕ ਕਲਰਫੁਲ ਵੀ ਲਿਆਈ ਸੀਗੀ। ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਆ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ। ਤਾਂ ਫਰੈਂਡ, ਅੱਜ ਵਾਲੇ ਵਲੌਗ 'ਚ ਆਪਾਂ ਲੈ ਕੇ ਜਿਵੇਂ ਸੂਟ ਕਟਿੰਗ ਆਪਾਂ ਤੁਹਾਨੂੰ ਦਿਖਾਵਾਂਗੇ, ਕੁਛ ਸੂਟ ਜਿਹੜੇ ਮੈਂ ਉਹ ਕੱਟ ਲਏ ਨੇ, ਇਹ ਦੇਖੋ ਇਹ ਜਿਹੜੇ ਕੁਛ ਸੂਟ ਕੱਟ ਲਏ ਨੇ, ਤੇ ਇੱਕ ਜਿਵੇਂ ਕੱਲ੍ਹ ਆਪਾਂ ਤੁਹਾਨੂੰ ਦੱਸਿਆ ਸੀ ਵੀ ਕੱਲ੍ਹ ਹੀ ਮੈਂ ਕੱਟਣੇ ਸ਼ੁਰੂ ਕਰ ਦਿੱਤੇ, ਇੱਕ ਮੈਂ ਸੀ ਵੀ ਲਿਆ, ਤੇ ਅੱਜ ਆਪਾਂ ਤੁਹਾਨੂੰ ਪੂਰੇ ਸੂਟ ਕਟਿੰਗ ਦੀ ਦੱਸਾਂਗੇ ਜਿਵੇਂ ਤੁਸੀਂ ਵਲੌਗ ਮੰਗਦੀਆਂ ਭੈਣਾਂ। ਬਾਕੀ ਸੂਟ ਕਟਿੰਗ ਦਾ ਆਪੋ ਆਪਣਾ ਤਰੀਕਾ ਹੁੰਦਾ ਵਾ, ਮੇਰੇ ਤੋਂ ਐਕਸਪਰਟ ਬਹੁਤ ਜਾਣੀਆਂ ਭੈਣਾਂ ਹੋਣਗੀਆਂ, ਉਹਨਾਂ ਦਾ ਤਰੀਕਾ ਆਪਣਾ ਹੋਊਗਾ, ਮੇਰਾ ਤਰੀਕਾ ਆਪਣਾ। ਆਪਾਂ ਜਿਹੜਾ ਮੇਰਾ ਤਰੀਕਾ ਵਾ ਸੂਟ ਕੱਟਣ ਦਾ, ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਜਿਵੇਂ ਤੁਸੀਂ ਮੰਗਿਆ ਸੀਗਾ ਵੀ ਮੈਡਮ, ਕਈ ਭੈਣਾਂ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਨੂੰ ਸੂਟ ਕਟਿੰਗ ਨਹੀਂ ਆਉਂਦੀ, ਬਾਕੀ ਆਪਾਂ ਸਾਰਿਆਂ ਨੂੰ ਸਿਖਾ ਨਹੀਂ ਰਹੇ, ਮੈਂ ਸਿਰਫ ਦੱਸ ਰਹੀ ਵੀ ਇੱਦਾਂ ਇੱਦਾਂ ਜਿਹੜਾ ਮੈਂ ਸੂਟ ਕੱਟਣਾ। ਤੇ ਬਾਕੀ ਇੱਕ ਆਪਾਂ ਸਲਵਾਰ ਕੱਟਣੀ ਤੁਹਾਨੂੰ ਦੱਸਾਂਗੇ ਵੀ ਜੇ ਤੁਹਾਡੇ ਕੋਲ ਕੱਪੜਾ ਥੋੜਾ ਵਾ ਤੇ ਉਹਨੂੰ ਸਲਵਾਰ ਨੂੰ ਖੁੱਲੀ ਕਿਵੇਂ ਬਣਾਉਣਾ ਵਾ ਆਪਾਂ, ਕਈ ਵੇਲੇ ਤੰਗ ਜੀ ਸਲਵਾਰ ਬਣਦੀ। ਵੈਸੇ ਅੱਜ ਕੱਲ੍ਹ ਤੇ ਜਿਹੜਾ ਰਿਵਾਜ ਹੈ ਜਿਵੇਂ ਸ਼ੋਰਟ ਦੀਆਂ ਜਿਹੜੀਆਂ ਹੁੰਦੀਆਂ ਨਾ ਵੀ ਬਹੁਤ ਘੱਟ ਘੇਰੇ ਵਾਲੀਆਂ ਸਲਵਾਰਾਂ ਪਾਈਆਂ ਜਾਂਦੀਆਂ, ਪਹਿਲਾਂ ਹੁੰਦਾ ਸੀ ਆਪਾਂ ਨੂੰ ਪਟਿਆਲਾ ਚਾਹੀਦੀ ਜਿਵੇਂ ਪਾਉਣੀਆਂ ਚਾਹੇ ਖੁੱਲੀ ਚਾਹੀਦੀ ਆਪਾਂ ਨੂੰ ਸਲਵਾਰ, ਉਹਦੇ ਵਾਸਤੇ ਆਪਾਂ ਕਟਿੰਗ ਕਿਵੇਂ ਕਰਨੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਤੇ ਹੁਣ ਆਪਾਂ ਪਹਿਲਾਂ ਸੂਟ ਦੀ ਕਟਿੰਗ ਸ਼ੁਰੂ ਕਰਦੇ ਹਾਂ ਜੀ। ਤੇ ਇਹ ਹੈ ਜੀ ਆਪਣਾ ਕਢਾਈ ਵਾਲਾ ਸੂਟ। ਕਢਾਈ ਵਾਲੇ ਸੂਟ ਦਾ ਹੋਰ ਹਿਸਾਬ ਹੁੰਦਾ ਕੱਟਣ ਦਾ, ਜਿਹੜਾ ਨੋਰਮਲ ਸੂਟ ਹੋਵੇ ਉਹਦਾ ਹੋਰ ਹਿਸਾਬ ਹੁੰਦਾ ਕੱਟਣ ਦਾ, ਆਪੋ ਆਪਣਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ। ਤੇ ਕਢਾਈ ਵਾਲੇ ਸੂਟ ਦਾ ਇੰਨਾ ਹੁੰਦਾ ਵੀ ਪਹਿਲਾਂ ਆਪਾਂ ਇਹ ਜਿਹੜਾ ਵਾ ਕਮੀਜ਼ ਦਾ ਹਿਸਾਬ ਲਾ ਲੈਣਾ, ਕਿਸੇ ਵੇਲੇ ਗਲਾ ਕੱਢਿਆ ਹੁੰਦਾ ਨਾ ਤੇ ਉਹਦੇ ਆਪਾਂ ਸੈਂਟਰ ਦਾ ਹਿਸਾਬ ਲਾਉਣਾ ਹੁੰਦਾ ਵੀ ਜਿਹੜੀ ਕਢਾਈ ਆ ਗਲੇ ਦੀ ਉਹ ਪੂਰੇ ਸੈਂਟਰ 'ਚ ਆਵੇ, ਤੇ ਇਹਦਾ ਵੀ ਆਪਾਂ ਪੂਰਾ ਸੈਂਟਰ ਦਾ ਹਿਸਾਬ ਲਾਉਣਾ। ਪਹਿਲਾਂ ਆਪਾਂ ਕਮੀਜ਼ ਦੀ ਜਿਹੜੀ ਇਹਦੀ ਲੈਂਥ ਮਿਲ ਲੈਂਦੇ, ਤੇ ਇਹ ਦੇਖੋ ਇਹਦਾ ਜਿਹੜਾ ਵਰਕ ਆ ਨਾ ਇੱਕ ਸਾਈਡ ਤੇ ਕੀਤਾ, ਸਿਰਫ ਥੋੜਾ ਜਿਹਾ ਕੱਪੜਾ ਇੱਧਰ ਨੂੰ ਆ, ਤੇ ਜੇ ਉਧਰ ਜਿਹੜਾ ਮੈਂ ਬਾਰ ਵੀ ਖੁੱਲਾ ਵਾ ਕਿਸੇ ਵੇਲੇ ਬਾਰ ਜਿਹੜਾ ਛੋਟਾ ਹੁੰਦਾ ਆਪਣੇ ਐ ਸਾਹਮਣਾ ਜਿਹੜਾ ਜਿਹੜੀ ਚੀਜ਼ ਹੁੰਦੀ ਇਹਨੂੰ ਬਾਰ ਕਹਿੰਦੇ ਆ, ਤੇ ਉਹ ਛੋਟਾ ਹੁੰਦਾ ਆਪਣਾ, ਥੋੜਾ ਕੱਪੜਾ ਵੱਜਦਾ ਉਹਦੇ ਨਾਲ ਪਹੁੰਚਾ ਇਕੱਲਾ ਲੱਸਦਾ, ਫਿਰ ਇੰਨਾ ਹੁੰਦਾ ਵੀ ਆਪਾਂ ਇਕੱਲਾ ਐਂ ਕਰਕੇ ਕਮੀਜ਼ ਆਪਣਾ ਲਾ ਕੇ ਤੇ ਅੱਗੋਂ ਦੂਸਰਾ ਹਿੱਸਾ ਆਪਾਂ ਜਿਹੜਾ ਬੈਕ ਸਾਈਡ ਦਾ ਲਾਉਣਾ। ਇਹਦਾ ਬਾਰ ਵੀ ਆਪਾਂ ਨੂੰ ਖੁੱਲਾ ਵਾ ਤੇ ਜਿਹੜੀ ਕਢਾਈ ਆ ਜਿਹੜਾ ਵਰਕ ਉਹ ਵੀ ਇੱਕ ਸਾਈਡ
बस इन्ना फिर मिनती अपनी पूरी होनी चाहिए है जिनी अपन चढ़ाई चाहिए है। हुण इहदी आपां लेंथ दा हिसाब ला लेना, जिन्नी आपां नूं लेंथ चाहीदी है उन्ना आपां कमीज ला लेना। जिन्नी तुसीं लंबाई अपने कमीज दी रखदे हो उहदे नालों तुसीं 2 इंच चाहे 2.5 इंच थल्ले वध छड्डना, क्योंकि उहनूं आपां जदों मोड़ना हुंदा। हुण इह कढ़ाई दे थल्ले इन्ना कपड़ा वध आ, इहनूं आपां थोड़ा एक्सट्रा कट देंगे। सिर्फ आपां इहनूं 2 इंच रखना ते बाकी जिन्नी आपणी लेंथ बनदी है उन्नी आपां रख लेनी है। हुण आपां इहदी पूरी पूरी इत्थे लंबाई रखनी कि जिहड़ा अपना थल्ले मोड़न वाला कपड़ा ना, वो इन्ना एक्सट्रा उन्होंने पहला ही छड्डिया होया। आपां इत्थों पूरी पूरी लंबाई लैनी है जिन्नी इहदी आपां लंबाई चाहीदी है। जिवें 40 इंच मैं लंबाई रखदी हाँ अपने कमीज की, पूरी आपां इत्थे 40 इंच दे निशान ला लैणा। आपां 3 निशानियां लाती है ना, जिवें देखो पहला स्टार्टिंग ते एक निशान ला लिया, फिर आपां सेंटर च ला लिया, फिर उधर ला लिया। हुण इन्हां तिन्हां नूं आपां मेल दिंदे इदां। हुण इत्थों आपां सिद्धी दी कटिंग कर दांगे। निशान लाउण नाल इदां भी थोड़ा आइडिया हो जांदा भी सिद्धा ही आपां कट रहे हां। ਤੇ ਜੇ ਤੁਹਾਡੇ ਕੋਲ ਕੱਪੜਾ ਜਿਹੜਾ ਸ਼ਾਰਟ 'ਚ ਆ, ਫਿਰ ਤੁਸੀਂ ਉਹ ਜਿਹੜੀ ਸਾਈਡ ਤੋਂ ਵੱਖਰਾ ਜਿਹੜਾ ਕੱਪੜਾ ਉਤਾਰ ਸਕਦੇ ਹੋ। ਵੀ ਜਿਵੇਂ ਇਹ ਦੇਖੋ ਪਲੇਨ ਕੱਪੜਾ ਇੱਧਰ ਵੀ ਉੱਧਰ ਵੀ ਆ, ਮੇਰੇ ਕੋਲ ਕੱਪੜਾ ਵਾਧੂ ਹੈ, ਇਸ ਕਰਕੇ ਆਪਾਂ ਇਹਨੂੰ ਕੱਪੜੇ ਨੂੰ ਸਾਈਡ ਤੋਂ ਨਹੀਂ ਉਤਾਰਿਆ। ਪੌਂਚਿਆਂ ਨੂੰ ਲੱਥ ਜੂਗਾ ਤੇ ਪੌਂਚਿਆਂ ਨੂੰ ਆਪਾਂ ਟਾਕੀ ਲਾ ਦਾਂਗੇ। ਤੇ ਹੁਣ ਆਪਾਂ ਕਢਾਈ ਵਾਲੇ ਦਾ ਕੀ ਹਿਸਾਬ ਲਾਉਣਾ, ਪੂਰਾ ਸੈਂਟਰ ਕੱਢਣਾ ਹੁੰਦਾ। ਜਿਵੇਂ ਕੋਈ 3 ਵੇਲਾਂ ਇੱਧਰ ਆ ਗਈਆਂ, 3 ਵੇਲਾਂ ਹੀ ਇੱਧਰ ਆ ਗਈਆਂ, ਤੇ ਆਹ ਜਿਹੜੀ ਵਿਚਲੀ ਆ ਇੱਥੋਂ ਆਪਾਂ ਐਂ ਕਰਕੇ ਮੋੜ ਦਾਂਗੇ। ਪੂਰਾ ਸੈਂਟਰ ਨਿਕਲ ਆਇਆ ਜਿਹੜਾ ਕੱਪੜੇ ਦਾ, ਵੱਧ ਘੱਟ ਆ। ਜਿਵੇਂ ਇੱਧਰਲੀ ਸਾਈਡ ਤੋਂ ਦੇਖੋ ਵੱਧ ਆ, ਉਧਰੋਂ ਘੱਟ ਆ, ਕੋਈ ਗੱਲ ਨਹੀਂ। ਇਹਨੂੰ ਆਪਾਂ ਹੁਣ ਬਾਹਰ ਕੱਢ ਦੇਣਾ, ਇਹਦੀ ਆਪਾਂ ਕਟਿੰਗ ਕਰ ਦੇਣੀ। ਬਸ ਆਪਣੀ ਕਮੀਜ਼ ਦੀ ਆਪਾਂ ਨੂੰ ਜਿਹੜੀ ਆ ਉਹ ਪੂਰੀ ਮਿੰਤੀ ਚਾਹੀਦੀ ਆ ਸੈਂਟਰ ਦੇ ਵਿੱਚੋਂ, ਨਹੀਂ ਤਾਂ ਵਰਕ ਜਿਹੜਾ ਇੱਕ ਸਾਈਡ ਨੂੰ ਜਾਊਗਾ। ਫਿਰ ਹੁਣ ਆਪਾਂ ਜਿਹੜੀ ਕਮੀਜ਼ ਦੀ ਮਿੰਤੀ ਆ ਉਹ ਕਰ ਲੈਂਦੇ ਹਾਂ। ਜਿਵੇਂ ਮੈਂ 7 ਇੰਚ ਆਪਣਾ ਤੀਰਾ ਰੱਖਦੀ ਹਾਂ, ਇਹ ਜਿਹੜੀ ਆ ਆਪਾਂ ਮਿੰਤੀ ਦੱਸ ਰਹੇ ਹਾਂ, ਤੁਸੀਂ ਆਪਣੇ ਜਿਵੇਂ ਤੁਹਾਡੇ ਕਮੀਜ਼ ਦੀ ਮਿੰਤੀ ਉਸ ਹਿਸਾਬ ਨਾਲ ਰੱਖ ਸਕਦੇ ਹੋ। 7 ਇੰਚ ਆ, ਇਹਨੂੰ ਆਪਾਂ ਇੱਥੇ 7 ਇੰਚ ਨਿਸ਼ਾਨ ਲਾ ਦਾਂਗੇ। ਅਤੇ ਮੁੜ ਕੇ ਜਿਵੇਂ ਮੋਢਾ 7.5 ਇੰਚ, ਇਹਦਾ ਵੀ ਇੱਥੇ ਨਿਸ਼ਾਨ ਲਾ ਦਾਂਗੇ। ਫਿਰ ਥੱਲਿਓ ਆਪਾਂ ਛਾਤੀ ਤੋਂ ਮਿਲ ਲੈਂਦੇ ਇਹਨੂੰ। ਜਿਵੇਂ 10 ਇੰਚ ਆ ਹੈ ਨਾ ਤਿਆਰ ਮੇਰਾ ਕਮੀਜ਼, ਆਪਾਂ 10 ਇੰਚ ਤੱਕ ਪਹਿਲਾਂ ਇਹਦਾ ਨਿਸ਼ਾਨ ਲਾ ਦਾ। ਫਿਰ ਆਪਾਂ ਐਕਸਟਰਾ ਜਿਹੜਾ ਵਾ 2 ਇੰਚ ਕੱਪੜਾ ਵੱਧ ਰੱਖਣਾ, ਜਿਹੜੀ ਆਪਾਂ ਸੀਨ ਦੇ ਵਿੱਚ ਕੱਪੜਾ ਵੱਧ ਰੱਖੀਦਾ। ਇਹਦਾ ਵੀ ਜਿਹੜਾ ਬਹੁਤ ਹੀ ਵੱਡਾ ਜਿਹੜਾ ਫਾਇਦਾ ਹੁੰਦਾ ਕੱਪੜਾ ਵੱਧ ਰੱਖਣ ਦਾ ਕਿਸੇ ਵੇਲੇ, ਕਿਉਂਕਿ ਸਰੀਰ ਦਾ ਕੋਈ ਪਤਾ ਨਹੀਂ ਹੁੰਦਾ ਮੋਟਾ ਹੋਣਾ ਪਤਲਾ ਹੋਣਾ। ਜਿਹੜਾ ਵੱਧ ਕੱਪੜਾ ਰੱਖਿਆ ਨਾ ਉਹ ਬਹੁਤ ਜਿਹੜਾ ਫਾਇਦੇਮੰਦ ਹੁੰਦਾ। ਇੱਕ ਲਿੱਕੀ ਦੀ ਗੱਲ ਤੁਹਾਨੂੰ ਦੱਸਦੀ, ਜਦੋਂ ਮੇਰੀ ਮੈਰਿਜ ਸੀ ਨਾ, ਮੈਨੂੰ ਨਾ ਫੇਵਰੇਟ ਮੇਰਾ ਕਲਰ ਹੈਗਾ ਔਰੇਂਜ। ਉਸ ਟਾਈਮ ਤੇ ਮੈਂ 1500 ਦਾ 5 ਮੀਟਰ ਉਹ ਕੱਪੜਾ ਲਿਆ ਸੀ ਔਰੇਂਜ, ਤੇ ਉਹਤੇ ਮੁੜ ਕੇ ਵਰਕ ਕਰਾਇਆ ਸੀਗਾ। ਮੇਰੇ ਵਾਸਤੇ ਉਹ ਹੀ ਬਹੁਤ ਮਹਿੰਗਾ ਸੀਗਾ, 1500 ਰੁਪਏ ਦਾ ਜਿਹੜਾ ਕੱਪੜਾ ਲੈ ਕੇ ਆਈ ਸੀਗੀ। ਤੇ ਉਹ ਮੈਂ ਸੀਨ ਨੂੰ ਦਿੱਤਾ ਆਪਣੀ ਭੂਆਈ ਦੀ ਬੇਟੀ ਨੂੰ, ਵੀ ਜਿਵੇਂ ਵਿਆਹ ਦੇ ਕੱਪੜੇ ਦੇ ਦੇਣੇ ਨਾ ਆਪਣੇ ਰਿਸ਼ਤੇਦਾਰਾਂ, ਉਹਨਾਂ ਨੂੰ ਦਿੱਤੇ ਸੂਟ। ਤੇ ਚਲੋ ਵਧੀਆ ਸੀਂਦੇ, ਉਹਨਾਂ ਦੀ ਫਿਟਿੰਗ ਮੈਨੂੰ ਉਹਦੀ, ਪਰ ਉਹਨਾਂ ਨੇ ਇੰਨਾ ਕੱਪੜਾ ਛੱਡ ਦਿੱਤਾ ਅੱਗੇ। ਮੰਮੀ ਨੇ ਉਹਨਾਂ ਨੂੰ ਪਹਿਲਾਂ ਵੀ ਕਿਹਾ ਵੀ ਕੱਪੜਾ ਜਿਹੜਾ ਨਾ ਵਿੱਚ ਰੱਖ ਦੇਵੀਂ, ਕਿਉਂਕਿ ਮਹਿੰਗੇ ਮਹਿੰਗੇ ਸੂਟ ਆਪਾਂ ਆਮ ਘਰਾਂ ਦੇ ਵਿੱਚ ਆਪਾਂ ਨੂੰ ਉਹ ਹੀ ਬਹੁਤ ਮਹਿੰਗੇ ਸੀਗੇ, ਵੀ ਤੁਸੀਂ ਵਿੱਚ ਕੱਪੜਾ ਛੱਡ ਦਿਓ। ਜੇ ਉਹਨਾਂ ਕੱਪੜਾ ਛੱਡਦਾ, ਕੱਪੜਾ ਛੱਡਣ ਤੋਂ ਬਾਅਦ ਜਿਵੇਂ ਦਰਜੀ ਨਹੀਂ ਕਰਦੇ ਹੁੰਦੇ, ਐਂ ਕਰਕੇ ਇੱਥੋਂ ਐਂ ਕਟਿੰਗ ਕਰ ਦਿੰਦੇ ਹੁੰਦੇ, ਉਹ ਕਟਿੰਗ ਕਰ ਦਿੱਤੀ ਮੁੜ ਕੇ ਇੱਥੋਂ ਹਿੱਪ ਤੋਂ ਖੁੱਲਿਆ ਹੀ ਨਹੀਂ। ਉਹ ਮੈਨੂੰ ਨਵਾਂ ਹੀ ਸੂਟ, ਜਿਵੇਂ ਮੈਰਿਜ ਤੋਂ ਬਾਅਦ ਫਿਰ ਮੇਰਾ ਥੋੜ੍ਹਾ ਫਰਕ ਪੈ ਗਿਆ, ਮੈਂ ਮੋਟੀ ਹੋ ਗਈ, ਮੁੜ ਕੇ ਉਹ ਮੈਂ ਸੂਟ ਪਾ ਹੀ ਨਹੀਂ ਸਕੀ। ਇੰਨੇ ਹੀ ਮੇਰੀ ਉਹ ਸੂਟ 'ਤੇ ਲਾਲਸਾ ਜੀ ਨਾ, ਉਸ ਤੋਂ ਮੈਂ ਸਿੱਖੀ ਹਾਂ। ਬਾਕੀ ਮੇਰੀ ਦਾਦੀ ਵੀ ਕਹਿੰਦੇ ਹੁੰਦੇ, ਮੰਮੀ ਵੀ ਕਹਿੰਦੇ ਹੁੰਦੇ, ਜਿਨ੍ਹਾਂ ਨੇ ਮੈਨੂੰ ਸਿਖਾਇਆ ਵੀ ਕੱਪੜਾ ਐਕਸਟਰਾ ਜ਼ਰੂਰ ਵਿੱਚ ਰੱਖਣਾ ਚਾਹੀਦਾ। ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਮੀਜ਼ ਨੂੰ ਕੱਢਣਾ ਪੈ ਜੇ, ਕਿਸੇ ਵੇਲੇ ਕੋਈ ਕੱਪੜਾ ਛੇਜਦਾ, ਉਹਦਾ ਵੀ ਆਪਾਂ ਨੂੰ ਜਿਹੜਾ 1 ਇੰਚ ਵੱਧ ਰੱਖਣਾ ਪੈਂਦਾ। ਹੁਣ ਆਪਾਂ ਇੱਥੋਂ ਪਲੇਟ ਦਾ ਹਿਸਾਬ ਲਾ ਲੈਣਾ।
ਜਿਵੇਂ 12 ਇੰਚ ਦੇ ਪਲੇਟ ਪਾਉਨੇ ਆ ਆਪਾਂ। ਹੁਣ ਇਹ ਤੋਂ ਜਿਵੇਂ ਆਪਾਂ ਪਹਿਲਾਂ ਨਿਸ਼ਾਨ ਲਾਇਆ, ਉਸ ਤੋਂ ਅੱਗੇ ਜਿਵੇਂ ਆਪਾਂ ਕਮਰ ਦੀ ਨਿਸ਼ਾਨ ਲਾਉਣਾ, ਇਥੋਂ ਆਪਾਂ ਜਿਹੜੀ ਵੀ ਆਪਣੀ ਕਮਰ ਕਿੰਨੀ ਆ ਉਹ 6 ਇੰਚ ਆਪਾਂ ਥੱਲੇ ਛੱਡ ਕੇ ਲਾਉਣਾ, ਇੱਥੇ ਲਾਉਣਾ ਆਪਾਂ ਨਿਸ਼ਾਨ। ਇਹਦੀ ਮਿਣਤੀ ਆਪਾਂ ਕਰ ਲੈਣੀ ਆ ਵੀ ਜਿਵੇਂ ਮੇਰੀ ਕਮਰ ਹੈਗੀ ਆ 9 ਇੰਚ ਮੈਂ ਰੱਖਦੀ ਹਾਂ, ਇੱਥੋਂ ਨਿਸ਼ਾਨ ਲਾ ਦਿੱਤਾ ਤੇ ਇਹਦਾ ਵੀ 2 ਇੰਚ ਆਪਾਂ ਵੱਧ ਰੱਖ ਦਿੱਤਾ। ਇਹ ਹੋ ਗਿਆ ਜਿਹੜਾ ਸਿਲਾਈ ਦਾ ਨਿਸ਼ਾਨ ਆਪਣਾ, ਵੀ ਇੱਥੇ ਇੱਥੇ ਆਪਣੀ ਸਿਲਾਈ ਆਊਗੀ। ਤੇ ਇਹ ਹੋ ਗਿਆ ਆਪਣੀ ਜਿਹੜੀ ਕਟਿੰਗ ਦਾ ਨਿਸ਼ਾਨ, ਵੀ ਜਿਹੜੀ ਆਪਣੀ ਇੱਥੋਂ ਕਟਿੰਗ ਕਰਨੀ ਆ ਆਪਾਂ ਕਮੀਜ਼ ਦੀ। ਬਾਕੀ ਇਹ ਜਿਹੜੀ ਆ ਸਿਲਾਈ ਦਾ ਨਿਸ਼ਾਨ ਆ। ਹੁਣ ਆਪਾਂ ਜਿੰਨੀਆਂ ਚਾਕਾਂ ਜਿਹਨੂੰ ਕਹਿੰਦੇ ਇੱਥੋਂ ਰੱਖਦੇ ਹਾਂ ਉਹ ਰੱਖ ਲੈਣੀਆਂ, ਜਿੰਨੀਆਂ ਤੁਸੀਂ ਰੱਖਦੇ ਹੋ। ਮੈਂ 16 ਇੰਚ ਤੇ ਰੱਖਦੀ ਹਾਂ, 16 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਪਹਿਲਾਂ। ਤੇ ਫਿਰ ਆਪਣੀ ਹਿੱਪ ਕਿੰਨੀ ਰੱਖਦੇ ਹਾਂ ਉਹ ਰੱਖਦੀ ਹਾਂ ਜੀ ਮੈਂ 11 ਇੰਚ, ਜਿਹੜੀ ਆਪਣੀ ਤਿਆਰ ਹਿੱਪ ਚਾਹੀਦੀ ਆ 11 ਇੰਚ ਤੇ ਆਪਾਂ ਨਿਸ਼ਾਨ ਲਾਤਾ। ਫਿਰ ਇਹ ਤੋਂ ਵੀ ਆਪਾਂ 1.5 ਇੰਚ ਇੱਥੇ ਜਿੰਨੀ ਕੁ ਆਪਾਂ ਚਾਕ ਰੱਖਣੀ ਆ। ਕਈ ਵੇਲੇ ਥੋੜ੍ਹੀ ਕੋਈ ਵੱਧ ਰੱਖਦਾ ਵਾ ਵੀ ਉਹ ਪਾਈਪਿੰਗ ਵਗੈਰਾ ਲਾਉਣੀ, ਜੇ ਤੁਸੀਂ ਲੈਸ ਲਾਉਣੀ ਆ ਫਿਰ ਤੁਸੀਂ ਇਹਨੂੰ ਥੋੜ੍ਹਾ ਰੱਖ ਲਓ, ਜੇ ਤੁਸੀਂ ਪਾਈਪਿੰਗ ਲਾਉਣੀ ਆ ਤਾਂ ਫਿਰ ਥੋੜ੍ਹਾ ਜਿਹਾ ਤੁਸੀਂ ਵੱਧ ਰੱਖੋ। ਇਹਨੂੰ ਆਪਾਂ ਥੋੜ੍ਹਾ ਜਿਹਾ ਵੱਧ ਕਰ ਦਿੰਦੇ ਹਾਂ। ਇਹ ਰੱਖ ਦਿੱਤਾ ਜੀ ਆਪਾਂ ਇੱਥੇ 1.25। ਅਤੇ ਹੁਣ ਇਹ ਆਪਾਂ ਸਾਰੇ ਨਿਸ਼ਾਨ ਜਿਹੜੇ ਮਿਲਾ ਲੈਣੇ। ਇਹ ਦੇਖੋ ਇਹ ਨਿਸ਼ਾਨ ਹੋ ਗਏ ਕਟਿੰਗ ਦੇ, ਅਤੇ ਇਹ ਨਿਸ਼ਾਨ ਹੋ ਗਏ ਜਿਹੜੇ ਮੇਰੇ ਸਿਲਾਈ ਦੇ। ਅਤੇ ਇੱਥੋਂ ਜਿਵੇਂ ਆਪਾਂ ਇਹ ਮੋਢੇ ਦਾ ਨਿਸ਼ਾਨ ਲਾਤਾ, ਮੋਢੇ ਦੇ ਨਿਸ਼ਾਨ 'ਤੇ ਜਿਵੇਂ ਮੈਂ ਸਿੱਖੀ ਉੱਦਾਂ ਤੁਹਾਨੂੰ ਦੱਸਦੇ ਵੀ ਇੱਥੋਂ 1 ਇੰਚ ਦੀ ਆਪਾਂ ਜਿਹੜੀ ਇਹਦੀ ਕਟਾਈ ਪਾਉਣੀ ਹੁੰਦੀ, ਜਿਹੜੀ ਗੁਲਾਈ ਆ ਇੱਥੋਂ 1 ਇੰਚ ਦੀ, ਅਤੇ ਐਂ ਪੂਰੀ ਆਪਾਂ ਗੁਲਾਈ ਪਾ ਦੇਣੀ। ਇਹ ਹੋ ਗਈ ਮੋਢੇ ਦੀ ਕਟਿੰਗ। ਅਤੇ ਜਿਵੇਂ ਹੁਣ ਇਹ ਅਗਲੀ ਸਾਈਡ 'ਤੇ ਕੱਲੀ ਪਾਉਣੀ ਆ ਆਪਾਂ ਇਹਦੀ ਕਟਾਈ, ਅਤੇ ਜਿਵੇਂ ਪੂਰਾ ਸਾਂਝਾ ਆਪਾਂ ਕੱਟਣਾ ਕੱਪੜਾ ਉਹਦਾ ਨਿਸ਼ਾਨ ਆਪਾਂ ਵੱਖਰਾ ਲਾਉਣਾ। ਇਹ ਦੇਖੋ ਗਲਾਈ ਜਿਹੜੀ ਉਹ ਕੱਲੀ ਅਗਲੀ ਸਾਈਡ ਤੇ ਪੈਣੀ ਆ। ਇੱਦਾਂ ਆਪਾਂ ਸਾਂਝਾ ਜਿਹੜਾ ਕੱਪੜਾ ਕੱਟ ਦੇਣਾ, ਤੇ ਇਧਰੋਂ ਵੀ ਆਪਾਂ ਜਿਹੜਾ ਇਹ ਨਿਸ਼ਾਨ ਲਾ ਦੇਣਾ। ਜਿਹੜੀ ਇਹ ਕਟਿੰਗ ਕਰਨੀ ਆਪਾਂ ਥੋੜੀ ਜੀ, ਬਸ ਥੋੜੀ ਥੋੜੀ ਕੱਟਣੀ ਆ। ਤੇ ਬਾਕੀ ਇਹ ਹੋ ਗਿਆ ਆਪਣਾ ਘੇਰਾ, ਆਪਾਂ ਘੇਰਾ ਮਿਲ ਲੈਣੇ ਜਿੰਨੇ ਆਪਾਂ ਘੇਰਾ ਤਿਆਰ ਰੱਖਣਾ। ਇਹ ਸਾਂਝੇ ਕੱਪੜੇ ਨੂੰ ਆਪਾਂ ਇੱਥੋਂ 1/2 ਇੰਚ ਐਂ ਕੱਟਣਾ, ਐਸ ਸਟਰੋਕ ਦੀ ਕਟਾਈ ਪਾ ਦੇਣੀ ਆਪਾਂ ਬਸ। ਹੁਣ ਇਹਨੂੰ ਆਪਾਂ ਜਿਹੜਾ ਪਰਤਾ ਵਿਚਲੀ ਜਿਹੜੀ ਬੈਕ ਸਾਈਡ ਆਪਣੀ ਉਹਨੂੰ ਆਪਾਂ ਨੀਚੇ ਕੱਢ ਦਾਂਗੇ, ਤੇ ਇਹ ਜਿਹੜੀ ਅਗਲੀ ਸਾਈਡ ਦੀ ਆਪਾਂ ਕਟਾਈ ਆ ਉਹ ਪਾ ਦਿੰਦੇ। ਮੇਰੀ ਕੈਂਚੀ ਥੋੜ੍ਹਾ ਜਿਹਾ ਕੱਟ ਪਾ ਰਹੀ ਹੈ ਕਿਉਂਕਿ ਮੇਰੇ ਬੱਚੇ ਆ ਕਿਸੇ ਵੇਲੇ ਕਾਗਜ਼ ਚਾਹੇ ਤਾਰਾਂ ਤੂਰਾਂ ਕੁਛ ਵੀ ਇਹਨੂੰ ਵਰਤਦੇ ਰਹਿੰਦੇ ਆ। ਤੁਸੀਂ ਜਿਹੜੀ ਸੂਟ ਕੱਟਣ ਵਾਲੀ ਕੈਂਚੀ ਉਹ ਵੱਖਰੀ ਰੱਖਣੀ ਹੈ। ਹੁਣ ਇਹ ਗਲਾਈ ਤੇ ਜਿਵੇਂ ਆਪਾਂ ਪਾਈ ਸੀ ਨਾ ਗਲਾਈ, ਉਦਾਂ ਹੀ ਬਸ ਇਹਦੀ ਐਂ ਕਾਟ ਪਾ ਦੇਣੀ। ਇਹਨੂੰ ਕਾਟ ਪਾਉਣਾ ਕਹਿੰਦੇ ਨੇ ਮੋਢੇ ਦੀ। ਲਓ ਜੀ ਆਪਣਾ ਇਹ ਸੂਟ ਕੱਟਿਆ ਗਿਆ। ਬਾਕੀ ਗਲਾ ਜਿੱਦਾਂ ਦਾ ਤੁਸੀਂ ਰੱਖਣਾ ਚਾਹੁੰਦੇ ਹੋ ਉਦਾਂ ਦਾ ਗਲਾ ਰੱਖ ਸਕਦੇ ਹੋ। ਕੋਈ ਬਜ਼ਾਰੀ ਗਲ ਵੀ ਲਾਉਂਦਾ ਵਾ, ਜਾਣੀ ਕਿ ਜਿਹੜੇ ਪਿੱਛੇ ਗਲੇ ਕੋਈ ਡਿਜ਼ਾਇਨ ਵਾਲੇ ਬਣਾਉਂਦਾ ਵਾ। ਮੈਂ ਜ਼ਿਆਦਾਤਰ ਜਿਹੜੇ ਕੋਈ ਵੀ ਸੂਟ ਆ ਉਹਦੇ ਗੋਲ ਗਲ ਹੀ ਬਣਾਉਂਦੀ, ਮੇਰੇ ਡਿਜ਼ਾਇਨ ਵਾਲੇ ਪਸੰਦ ਨਹੀਂ ਗੇ। ਆਉਂਦੇ ਆ ਬਣਾਉਣੇ, ਮੈਂ ਜਿਹੜੇ ਬਾਜ਼ਾਰੋਂ ਵੀ ਲੈ ਕੇ ਆਵਾਂ ਨਾ ਉਹ ਵੀ ਉਹਨਾਂ 'ਚ ਵੀ ਸਿਰਫ ਮੈਂ ਗੋਲ ਗੋਲ ਹੀ ਲਾਉਂਦੀ ਹੁੰਦੀ ਹਾਂ, ਦੂਜੇ ਨਹੀਂ ਲਾਉਂਦੀ ਹੁੰਦੀ, ਬਹੁਤ ਘੱਟ ਕੀਤੇ। ਹੁਣ ਜਿਵੇਂ ਬੈਕ ਸਾਈਡ ਆ, ਬੈਕ ਸਾਈਡ ਦਾ ਆਪਾਂ ਗਲਾ ਤਕਰੀਬਨ ਸਾਰੇ ਲੋਕ ਗੋਲ ਹੀ ਰੱਖਦੇ ਹੋ, ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਉਸ ਹਿਸਾਬ ਨਾਲ। ਜਿਵੇਂ ਦੇਖੋ ਜਿੰਨਾ ਚੌੜਾ ਤੁਸੀਂ ਰੱਖਣਾ ਪਸੰਦ ਕਰਦੇ ਹੋ। ਮੈਂ ਜਿਹੜਾ ਰੱਖਦੀ ਹਾਂ 1.25 ਰੱਖਦੀ ਹਾਂ, ਮੈਂ ਜ਼ਿਆਦਾ ਨਹੀਂ ਰੱਖਦੀ, ਉੱਥੇ ਨਿਸ਼ਾਨ ਲਾ ਦੇਣੀ ਚੌੜਾਈ ਤੇ। ਤੇ ਲੰਬਾਈ ਵੀ ਜਿੰਨੀ ਤੁਸੀਂ ਰੱਖਦੇ ਹੋ ਉਸ ਹਿਸਾਬ ਨਾਲ ਤੁਸੀਂ ਇਹਦੀ ਲੰਬਾਈ ਰੱਖ ਲੈਣੀ ਹੈ। ਆਪਾਂ 4 ਇੰਚ ਤੇ ਨਿਸ਼ਾਨ ਲਾ ਦਿੰਦੇ। ਤੇ ਜੇ ਤੁਸੀਂ ਅਗਲਾ ਵੀ ਗੋਲ ਕੱਟਣਾ ਇੱਦਾਂ, ਤੇ ਅਗਲਾ ਜਿਵੇਂ 6-7 ਤੱਕ ਕੋਈ ਬੀਬੀਆਂ ਪਾਉਂਦੀਆਂ, ਕੋਈ 5 ਪਾਉਂਦੀਆਂ, ਜਿੱਦਾਂ ਵੀ ਤੁਹਾਡੀ ਇੱਛਾ ਵਾ, ਤੇ ਫਿਰ ਤੁਸੀਂ ਇੱਥੋਂ ਐਂ ਕਰਕੇ ਵੱਡਾ ਬਣਾ ਲੈਣਾ। ਨਹੀਂ ਤਾਂ ਹੁਣ ਆਪਾਂ ਛੋਟਾ ਕੱਟ ਲੈਂਦੇ, ਇਹਦੀ ਵੀ ਕਟਾਈ ਆਪਾਂ ਉੱਦਾਂ ਹੀ ਗੁਲਾਈ ਪਾ ਦਾਂਗੇ। ਇਹਦੀ ਆਪਾਂ ਕਟਿੰਗ ਕਰ ਲੈਂਦੇ। ਤੇ ਆਪਣਾ ਕਮੀਜ਼ ਕੱਟਿਆ ਗਿਆ, ਅਗਲਾ ਗਲ ਨਹੀਂ ਆਪਾਂ ਕੱਟਿਆ ਕਿਉਂਕਿ ਇਹਨੂੰ ਬਜ਼ਾਰੀ ਮੈਂ ਗੋਲ ਲਾ ਦੇਣਾ ਵਾ। ਤੇ ਜਦੋਂ ਆਪਾਂ ਸੀਵਾਂਗੇ, ਜੇ ਤੁਹਾਨੂੰ ਸੀਨ ਦੀ ਵੀ ਵੀਡੀਓ ਚਾਹੀਦੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ, ਆਪਾਂ ਉਹ ਵੀ ਬਣਾ ਲਾਂਗੇ। ਇਹ ਆਪਣਾ ਕਮੀਜ਼ ਜਿਹੜਾ ਕੱਟਿਆ ਗਿਆ, ਜਿਹੜੀ ਆਹ ਸਾਈਡਾਂ ਵਾ ਆਪਾਂ
ਜਿਹੜੀ ਪਹਿਲਾਂ ਵਾ ਤੁਸੀਂ ਸੂਟ ਕੱਟ ਰਹੇ ਹੋ ਜਦੋਂ ਆਮ ਘਰਾਂ ਦੇ ਵਿੱਚ, ਕਿਉਂਕਿ ਜਿਹੜੇ ਦਰਜੀ ਆ ਉਹਨਾਂ ਨੂੰ ਕੱਪੜਾ ਖੁੱਲਾ ਚਾਹੀਦਾ ਹੁੰਦਾ ਵਾ, ਇੱਦਾਂ ਕਾਤਰਾਂ ਕੁਤਰਾਂ ਸਭ ਸੁੱਟ ਦਿੰਦੇ ਆ। ਪਰ ਫਿਲਹਾਲ ਜਦੋਂ ਤੁਸੀਂ ਸੂਟ ਕੱਟ ਰਹੇ ਹੋ ਜਿੰਨਾ ਚਿਰ ਸੀਤਾ ਨਹੀਂ ਜਾਂਦਾ, ਵੱਡੀਆਂ ਵੱਡੀਆਂ ਜਿਹੜੀਆਂ ਕਾਤਰਾਂ ਇਹਨਾਂ ਨੂੰ ਤੁਸੀਂ ਸਾਂਭ ਕੇ ਰੱਖਣਾ, ਕਿਤੇ ਵੀ ਆਪਾਂ ਨੂੰ ਪਹੁੰਚੇ 'ਚ ਜੋੜ ਚਾਹੇ ਗਲ ਦੇ ਵਿੱਚ ਇਹਦਾ ਜੋੜ ਪਾਉਣ ਦੀ ਲੋੜ ਪੈਂਦੀ ਰਹਿੰਦੀ ਹੈ। ਇਸ ਕਰਕੇ ਜਿਹੜੀਆਂ ਛੋਟੀਆਂ ਛੋਟੀਆਂ ਉਹਨਾਂ ਨੂੰ ਆਪਾਂ ਸੁੱਟ ਸਕਦੇ ਹਾਂ, ਵੱਡੀਆਂ ਆਪਾਂ ਇੱਧਰ ਰੱਖ ਦਿੰਦੇ ਹਾਂ। ਹੁਣ ਅੱਗੇ ਹਿਸਾਬ ਲਾਉਂਦੇ ਹਾਂ ਆਪਾਂ ਬਾਂਹ ਦਾ। ਇਹਦੇ ਵਿੱਚ ਇੰਨੇ ਕੱਪੜੇ ਦੇ ਵਿੱਚੋਂ ਬਣਨੀ ਹੈ ਬਾਂਹ, ਸਲਵਾਰ ਅਤੇ ਮੇਰੀ ਬੈਲਟ। ਹੁਣ ਅੱਗੋਂ ਆਪਾਂ ਬਾਂਹ ਦਾ ਪਹਿਲਾਂ ਹਿਸਾਬ ਲਾ ਲੈਂਦੇ ਹਾਂ, ਕਿਉਂਕਿ ਪਹਿਲਾਂ ਸ਼ਰਟ ਜਿਹੜੀ ਬਣ ਜੂਗੀ, ਸਲਵਾਰ ਅੱਜ ਕੱਲ੍ਹ ਜਿਵੇਂ ਆਪਾਂ ਛੋਟੀ ਜਿਹੀ ਪਾਉਂਦੇ ਹਾਂ, ਅਤੇ ਬਾਂਹ ਜਿਹੜੀ ਆ ਉਹ ਮੈਂ 14 ਇੰਚ ਤਿਆਰ ਰੱਖਦੀ ਹਾਂ, ਅਤੇ 2 ਇੰਚ ਆਪਾਂ ਵੱਧ ਰੱਖਣੀ ਆ, 16 ਇੰਚ। ਇਹਦੀ ਆਪਾਂ ਇੱਥੇ ਲਾ ਦਿੰਦੇ ਨਿਸ਼ਾਨ। ਅਤੇ ਆਹ ਜਿਹੜੀ ਚੀਜ਼ ਹੈ ਇੱਧਰੋਂ, ਜਿਵੇਂ ਦੇਖੋ ਕਾਨਸਣ ਹੈ ਨਾ, ਕਿਸੇ ਵੇਲੇ ਕੱਪੜੇ 'ਚ ਕਾਨਸਣ ਹੁੰਦੀ ਹੈ, ਅਤੇ ਇੱਦਾਂ ਕਰਕੇ ਤੁਸੀਂ ਇਹ ਨਿਸ਼ਾਨ ਲਾ ਲੈਣਾ ਵੀ ਜਿੱਥੋਂ ਸਿੱਧਾ ਕੱਪੜਾ ਆ ਰਿਹਾ ਇਹ ਮੈਂ ਨਿਸ਼ਾਨ ਲਾ ਦਿੱਤਾ। ਇਹ ਜਿਹੜਾ ਐਕਸਟਰਾ ਕੱਪੜਾ ਵਾ ਜਿਵੇਂ ਕਾਨਸਣ ਵਾਲਾ, ਇਹਨੂੰ ਆਪਾਂ ਕੱਟ ਦਿੰਦੇ। ਅਤੇ ਜਿਵੇਂ ਆਪਾਂ ਹੁਣ ਬਾਂਹ ਦਾ ਨਿਸ਼ਾਨ ਲਾ ਲਿਆ, ਇੱਥੇ ਆਪਾਂ ਛੋਟਾ ਜਿਹਾ ਲਾ ਦਾਂਗੇ ਕੱਟ, ਯਾਨੀ ਕਿ ਆਪਾਂ ਮਿਣਤੀ ਜਿਵੇਂ ਕੱਪੜੇ ਸਾਰੇ ਦੀ ਕਰਨੀ। ਜਿਵੇਂ ਤੁਸੀਂ ਪਲੇਨ ਸੂਟ ਕੱਟ ਰਹੇ ਹੋ ਨਾ, ਇਹ ਤਾਂ ਹੁਣ ਕਢਾਈ ਵਾਲਾ ਕਰਕੇ ਆਪਾਂ ਕਮੀਜ਼ ਉਤਾਰ ਲਿਆ, ਅਤੇ ਤੁਸੀਂ ਸਾਰੇ ਸੂਟ ਦੀ ਪਹਿਲਾਂ ਜਿਵੇਂ ਜੇ 5 ਮੀਟਰ ਕੱਪੜਾ ਲਿਆਏ ਹੋ, 4 ਮੀਟਰ ਕੱਪੜਾ ਲੈ ਕੇ ਆਏ ਹੋ, ਤੁਸੀਂ ਸਾਰੀ ਮਿਣਤੀ ਕਰ ਲੈਣੀ ਹੈ ਵੀ ਕਿੰਨੀ ਕਿੰਨੀ ਚੀਜ਼ ਬਣਦੀ ਹੈ। ਐਡਜਸਟਮੈਂਟ ਕਿਸੇ ਵੇਲੇ ਇੱਥੋਂ, ਜਿਵੇਂ ਹੁਣ ਮੈਂ 2 ਇੰਚ ਵੱਧਦਾ, ਮੇਰੇ ਤੋਂ ਕੱਪੜਾ ਮੈਂ 2 ਇੰਚ ਰੱਖਿਆ, ਅਤੇ ਇੱਥੋਂ ਵੱਧ ਆਪਾਂ 1.5 ਵੀ ਰੱਖ ਸਕਦੇ ਹਾਂ, 1 ਇੰਚ ਵੀ ਰੱਖ ਸਕਦੇ ਹਾਂ, ਵੀ ਥੋੜ੍ਹਾ ਮੋੜ ਸਕਦੇ ਹਾਂ ਆਪਾਂ, ਜਿਵੇਂ ਆਪਾਂ ਪੂਰੀ ਲੰਬਾਈ ਕਰਨੀ, ਪੂਰੀ ਜਾਣੀ ਮਿਣਤੀ ਕਰਨੀ ਹੋਵੇ ਸੂਟ ਦੀ। ਹੁਣ ਇੱਥੇ ਆਪਾਂ ਲਾਤਾ ਨਿਸ਼ਾਨ। ਇਸ ਤੋਂ ਅੱਗੇ ਜਿਵੇਂ ਜਿਹੜੀ ਤਾਂ ਸਿੱਧੀ ਸਲਵਾਰ ਆ, ਉਹ ਤੇ ਕੁੰਦਿਆਂ ਦਾ ਹਿਸਾਬ ਲੱਗਦਾ ਪਹਿਲਾਂ, ਵੀ ਜਿੰਨੀ ਲੰਬਾਈ ਹੈ, ਜਿਵੇਂ ਕੁੰਦੇ ਦੀ ਲੰਬਾਈ ਹੋ ਗਈ ਆਪਣੀ ਸਲਵਾਰ ਦੀ ਲੰਬਾਈ 30 ਇੰਚ, ਤੇ 10 ਇੰਚ ਉਹਦੇ ਵਿੱਚ ਨਾਲ ਆਪਾਂ ਲਾਉਣਾ ਆਸਣ ਆਪਣਾ, ਤੇ ਉਹਨੂੰ ਆਪਾਂ ਮੋੜ ਕੇ ਉਹਦਾ ਡਬਲ ਕਰਕੇ, ਉਹ ਤੇ ਹੋ ਗਿਆ ਨਾ ਜਿਵੇਂ ਖੁੱਲੇ ਕੁੰਦਿਆਂ ਵਾਲੀ ਸਲਵਾਰ। ਇਹ ਜਿਹੜੀ ਆ ਮੈਂ ਟੋਟੇ ਵਾਲੀ ਸਲਵਾਰ ਬਣਾ ਰਹੀ ਹਾਂ, ਤੇ ਇਹਦੀ ਵੀ ਆਪਾਂ ਮਿਣਤੀ ਦੀ ਅੱਗੇ ਹਿਸਾਬ ਲਾ ਲੈਂਦੇ। ਉਸ ਤੋਂ ਪਹਿਲਾਂ ਤੁਸੀਂ ਬੈਲਟ ਵੀ ਲਾ ਸਕਦੇ ਹੋ, ਨਹੀਂ ਤੇ ਮਗਰਲੀ ਸਾਈਡ ਵੀ, ਜਿਵੇਂ ਮੇਰੇ ਮੰਮੀ ਨੇ ਮੈਨੂੰ ਸਿਖਾਇਆ ਸੀਗਾ ਵੀ ਕਿਸੇ ਵੇਲੇ ਮਗਰੋਂ ਕੱਪੜਾ ਕਾਨਸਾਨ ਵਾਲਾ ਹੁੰਦਾ ਨਾ, ਤੇ ਉਹ ਵੱਧ ਘੱਟ ਵੀ ਥੋੜਾ ਜਿਹਾ ਨੱਪ ਕੇ ਜਿਵੇਂ ਆਪਾਂ ਉਤੋਂ ਨੇਫਾ ਭੰਨਣਾ, ਉਦਾਂ ਕਰ ਸਕਦੇ ਹਾਂ ਵੀ ਲਾਸਟ ਤੇ ਵੀ ਬੈਲਟ ਲਾ ਸਕਦੇ ਹਾਂ ਤੇ ਪਹਿਲਾਂ ਵੀ ਲਾ ਸਕਦੇ ਹਾਂ। ਇਹ ਹੁਣ ਆਪਾਂ ਪਹਿਲਾਂ ਕੁੰਦੇ ਦਾ ਹਿਸਾਬ ਲਾ ਲੈਂਦੇ। ਇਹ ਦੇਖੋ 30 ਇੰਚ ਜਿਵੇਂ ਮੇਰੀ ਸਲਵਾਰ ਹੈ, ਇੱਥੋਂ ਇੱਥੋਂ ਆਪਾਂ ਅੱਗੋਂ 10 ਇੰਚ ਹੋਰ ਲਾ ਦੇਣਾ, 40 ਇੰਚ। ਇਹ 10 ਇੰਚ ਦਾ ਜਿਹੜਾ ਆਸਣ ਹੋ ਗਿਆ, ਤੇ 2 ਇੰਚ ਜਿਹੜੀ ਇਹ ਕਟਾਈ ਪੈ ਜਾਣੀ, ਆਪਾਂ ਇੱਥੇ ਨਿਸ਼ਾਨ ਲਾ ਦਾਂਗੇ ਕੁੰਦੇ ਦਾ। ਇੱਥੋਂ ਆਪਾਂ ਕਰ ਲੈਣਾ ਡਬਲ ਕੱਪੜਾ। ਇਹ ਜਿੱਥੇ ਆਪਾਂ ਬਾਂਹ ਦਾ ਇਹ ਕੱਟ ਲਾਇਆ ਸੀ ਨਾ, ਉੱਥੋਂ ਤੱਕ ਇਹਨੂੰ ਡਬਲ ਕੱਪੜਾ ਐਂ ਲੈ ਜਾਣਾ ਪੂਰਾ ਬਰਾਬਰ ਦਾ। ਇਹ ਦੇਖੋ ਇੱਥੇ ਕੱਟ ਲਾਇਆ ਸੀ ਆਪਾਂ, ਤੇ ਇੱਥੇ ਇਹਦਾ ਵੀ ਆਪਾਂ ਕੱਟ ਦਾ ਨਿਸ਼ਾਨ ਲਾ ਦਾਂਗੇ ਵੀ ਇੱਥੋਂ ਇੰਨਾ ਜਿਹੜਾ ਵਾ ਆਪਣੇ ਕੁੰਦੇ ਦੀ ਲੰਬਾਈ ਆ, ਕੁੰਦੇ ਪਹੁੰਚੇ ਦੀ ਲੰਬਾਈ ਆ। ਤੇ ਜਿਹੜਾ ਆਪਾਂ ਖੁੱਲੇ ਪਹੁੰਚੇ ਵਾਲੀ ਕੱਟਣੀ ਆ, ਮੰਨ ਲਓ ਇਹ ਕੁੰਦੇ ਹੋ ਗਏ ਸਾਰੇ, ਤੇ ਅੱਗੋਂ ਜਿਵੇਂ ਤੁਹਾਡਾ ਐਕਸਟਰਾ ਕੱਪੜਾ ਹੈਗਾ ਤੇ ਤੁਸੀਂ ਉਹਦੇ ਵਿੱਚੋਂ ਪਹੁੰਚਾ ਵੀ 30 ਇੰਚ ਕੱਢ ਸਕਦੇ ਹੋ। ਆਪਣੇ ਕੋਲ ਜਿਹੜਾ ਕੱਪੜਾ ਵਾ ਇਹ ਪੂਰਾ ਪੂਰਾ ਹੀ ਆ। ਹੁਣ ਅੱਗੇ ਆਪਾਂ ਜਿਹੜਾ ਬਚਿਆ ਕੱਪੜਾ, ਇਹਦੇ ਵਿੱਚੋਂ ਆਪਾਂ 8 ਇੰਚ ਜਿਹੜਾ ਵਾ ਉਹ ਕੱਢ ਦੇਣੀ ਬੈਲਟ। ਇਹ ਦੇਖੋ ਪੂਰੀ ਪੂਰੀ ਆਪਣੀ ਇਹ ਜਿਹੜੀ ਬੈਲਟ ਹੀ ਆ ਲਾਸਟ ਤੇ ਲੱਥਣੀ, ਇਹ 8 ਇੰਚ ਦੀ ਆਪਣੀ ਬੈਲਟ ਲੈ ਜਾਣੀ ਆ। ਇਹ ਵੀ 6 ਇੰਚ ਬੈਲਟ ਆ, 2 ਇੰਚ ਜਿਹੜਾ ਆਪਾਂ ਭੰਨਦੇ ਇਹਨੂੰ ਉੱਪਰ ਉਹ ਨੇਫੇ ਨੂੰ, ਉਹ ਆਪਾਂ ਵੱਧ ਰੱਖਣਾ ਵਾ। ਜਿੰਨੀ ਤੁਸੀਂ ਲੰਬਾਈ ਰੱਖਦੇ ਹੋ, ਜਿੰਨਾ ਤੁਸੀਂ ਨੇਫੇ ਦੀ ਲੰਬਾਈ ਰੱਖਦੇ ਹੋ ਉਨੀ ਰੱਖ ਸਕਦੇ ਹੋ ਤੁਸੀਂ। ਤੇ ਹੋ ਗਈ ਆਪਣੇ ਪੂਰੀ ਸੂਟ ਦੀ ਮਿਣਤੀ। ਹੁਣ ਆਪਾਂ ਨੂੰ ਪੰਕਤੀ ਹੋ ਗਈ ਆਪਣੀ ਵੀ ਪਤਾ ਲੱਗ ਗਿਆ ਆਪਾਂ ਨੂੰ ਵੀ ਆਪਣੇ ਕੋਲ ਕੱਪੜਾ ਐਕਸਟਰਾ ਹੈਗਾ ਕਿ ਨਹੀਂ ਹੈਗਾ, ਬਾਕੀ ਆਪਣਾ ਸਾਰਾ ਵਿੱਚੋਂ ਜਿੰਨਾ ਮਟੀਰੀਅਲ ਆਪਾਂ ਨੂੰ ਚਾਹੀਦਾ ਬਣ ਗਿਆ ਕਿ ਨਹੀਂ ਬਣ ਗਿਆ। ਹੁਣ ਆਪਾਂ ਇਹਦੀ ਕਟਿੰਗ ਕਰ ਦਿੰਦੇ ਹਾਂ। ਜਿਵੇਂ ਇਹ ਨਿਸ਼ਾਨ ਲਾਏ ਸੀਗੇ, ਜੇ ਤਾਂ ਤੁਸੀਂ 2 ਜਣੇ ਬੈਠੇ ਹੋ ਤੇ ਐਂ ਅਗਲੇ ਨੂੰ ਤੁਸੀਂ ਆਹ ਜਿਹੜੀ ਚੀਜ਼ ਫੜਾ ਵੀ ਸਕਦੇ ਹੋ। ਮੈਂ ਜਿਵੇਂ ਇਕੱਲੀ ਕੱਟ ਰਹੀ ਹਾਂ ਤੇ ਇਹਨੂੰ ਆਪਾਂ ਸਿੱਧਾ ਐਂ ਕਰ ਲੈਣਾ ਤੇ ਪੋਲੇ ਜੇ ਐਂ ਕਰਕੇ ਕੱਪੜਾ ਰੱਖ ਦੇਣਾ ਸਿਰਫ। ਹੁਣ ਇਹਦੀ ਆਪਾਂ ਕਟਿੰਗ ਕਰ ਦੇਣੀ। ਇਹ ਆਪਣੀ ਬਾਂਹ ਦਾ ਜਿਹੜਾ ਕੱਪੜਾ ਲੱਥ ਗਿਆ, ਇਹਦੀ ਹੁਣ ਆਪਾਂ ਬਾਂਹ ਦੀ ਕਟਿੰਗ ਕਰਦੇ ਹਾਂ। ਬਾਕੀ ਸਿੱਧੇ ਪੁੱਠੇ ਕੱਪੜੇ ਦਾ ਕਈਆਂ ਨੂੰ ਪਛਾਣ ਹੁੰਦੀ ਆ, ਤੇ ਜਿਨ੍ਹਾਂ ਨੂੰ ਨਹੀਂ ਪਛਾਣ ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਦੇਖੋ ਜਿਵੇਂ ਜਿੱਧਰ ਦੀ ਐਂ ਕਰਕੇ ਸੂਈ ਵੱਜੀ ਹੁੰਦੀ ਆ ਉਹ ਪਾਸਾ ਜਿਹੜਾ ਸਿੱਧਾ ਹੁੰਦਾ, ਜਿਵੇਂ ਕੰਨੀ ਤੋਂ ਪਤਾ ਲੱਗ ਜਾਂਦਾ,
ਜਿਵੇਂ ਆ ਜਿਹੜਾ ਉੱਭਰੇ ਜਿਹੇ ਹੁੰਦੇ ਆ ਨਾ, ਇਹ ਹੁੰਦਾ ਪੁੱਠਾ। ਤੇ ਤੁਸੀਂ ਜੇ ਨਹੀਂ ਤੁਹਾਨੂੰ ਪਛਾਣ ਆਉਂਦੀ ਜਿੱਥੇ ਕੰਨੀ ਨਹੀਂ ਹੋਣੀ, ਤੇ ਤੁਸੀਂ ਕੱਪੜੇ ਦੇ ਉੱਤੇ ਐਸਟ੍ਰੋਕ ਦਾ ਨਾ, ਜਿਵੇਂ ਜਦੋਂ ਤੁਸੀਂ ਕਟਿੰਗ ਕਰ ਰਹੇ ਹੋ ਤੇ ਐਸਟ੍ਰੋਕ ਦੀ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ, ਤੁਹਾਨੂੰ ਜਿਹੜੀ ਯਾਦ ਰਵੇ ਵੀ ਪਤਾ ਲੱਗੇ ਵੀ ਤੁਹਾਨੂੰ ਵੀ ਪੁੱਠਾ ਪਾਸਾ ਵਾ। ਹੁਣ ਇਹਨੂੰ ਆਪਾਂ ਐਂ ਕਰਕੇ ਮੋੜ ਦਿੰਦੇ ਹਾਂ, ਸਿੱਧਾ ਪਾਸਾ ਅੰਦਰ ਨੂੰ ਕਰ ਲੈਂਦੇ। ਹੁਣ ਅੱਗੋਂ ਆਪਾਂ ਜਿਵੇਂ ਮੂਰੀ ਇਹਦੀ ਹੈਗੀ ਆ ਜੀ 6 ਇੰਚ ਤਿਆਰ ਚਾਹੀਦੀ ਆ ਮੈਨੂੰ, ਹਨਾ। ਇਹ 6 ਇੰਚ ਦੇਖੋ ਤਿਆਰ ਆ, ਤੇ ਇਹ ਤੋਂ ਆਪਾਂ 1 ਇੰਚ ਵੱਧ ਰੱਖ ਲੈਣੀ ਆ, ਕਿਉਂਕਿ ਜਿਵੇਂ ਆਪਾਂ ਕਮੀਜ਼ ਦਾ ਵੱਧ ਰੱਖਿਆ ਉਦਾਂ ਹੀ ਇਹਦਾ ਵੀ ਵੱਧ ਰੱਖ ਲੈਣਾ। 7 ਇੰਚ ਆਪਾਂ ਇਹਨੂੰ ਰੱਖ ਲਿਆ। ਜਿੰਨਾ ਤੁਹਾਡਾ ਮੋਢਾ ਵਾ ਉਹਨਾਂ ਤੁਸੀਂ ਰੱਖ ਕੇ ਇੱਥੋਂ ਤੁਸੀਂ ਸਿੱਧੀ ਐਸਟ੍ਰੋਕ ਦੀ ਟੇਢੀ ਕਟਿੰਗ ਵੀ ਕਰ ਸਕਦੇ ਹੋ, ਪਰ ਜਿੱਦਾਂ ਮੈਨੂੰ ਸਿਖਾਇਆ ਗਿਆ ਉਹ ਹੈਗਾ ਜੀ 2 ਇੰਚ ਤੁਸੀਂ ਇੱਧਰੋਂ ਰੱਖ ਲੈਣਾ ਇੱਥੋਂ, ਤੇ 2 ਇੰਚ ਇੰਨਾ ਇੱਧਰੋਂ ਆ ਗਿਆ, ਹੈ ਨਾ। ਐਂ ਕਰਕੇ ਇੱਕ ਡੱਬਾ ਬਣਾ ਲੈਣਾ ਤੁਸੀਂ ਇਹਨੂੰ ਪਹਿਲਾਂ, ਜਿਵੇਂ ਆਪਾਂ ਗਲ ਕੱਟਦੇ ਹਾਂ, ਤੇ ਮੁੜ ਕੇ ਤੁਸੀਂ ਇਹਦੀ ਐਂ ਕਰਕੇ ਐਂ ਕਟਿੰਗ ਪਾ ਦੇਣੀ। ਇੱਥੋਂ ਵੀ 1 ਇੰਚ ਦੀ ਜਿਹੜੀ ਕਟਾਈ ਆ, ਐਂ ਕਰਕੇ ਸਾਰੇ ਨਿਸ਼ਾਨ ਜਿਹੜੇ ਲੱਗ ਜਾਣਗੇ। ਇਹ ਦੇਖੋ ਇਹਦੀ ਜਿਹੜੀ ਬਾਂਹ ਦੀ ਇੱਥੋਂ ਸ਼ੇਪ ਬਣ ਗਈ, ਇੱਧਰੋਂ ਆਪਾਂ ਇੰਨੇ ਇੱਧਰ ਨਿਸ਼ਾਨ ਲਾ ਦੇਣਾ 7 ਇੰਚ ਦੇ ਨਾਲ ਮਿਲਾ ਕੇ। ਇਹ ਆਪਾਂ ਕਟਿੰਗ ਕਰ ਦਿੰਦੇ ਹਾਂ ਜੀ। ਨਿਸ਼ਾਨ ਦੇ ਬਾਰ ਬਾਰ ਹੀ ਕੱਟਣਾ ਹੁੰਦਾ, ਤੁਸੀਂ ਅੰਦਰ ਬਾਰ ਕੱਟਿਆ ਕਿਸੇ ਵੇਲੇ ਕੱਪੜਾ ਵੀ ਘੱਟ ਜਾਂਦਾ ਵਾ। ਤੁਸੀਂ ਮੈਂ ਬਾਰ ਬਾਰ ਕਹਿ ਰਹੀ ਹਾਂ ਵੀ ਕੱਪੜਾ ਜਿਹੜਾ ਵੱਧ ਥੋੜ੍ਹਾ ਥੋੜ੍ਹਾ ਰੱਖਿਓ, ਕਿਉਂਕਿ ਵੱਧ ਕੱਪੜੇ ਦਾ ਇਲਾਜ ਹੈਗਾ ਵਾ, ਘੱਟ ਕੱਪੜੇ ਦਾ ਕੋਈ ਇਲਾਜ ਨਹੀਂ। ਮੁੜ ਕੇ ਜੋੜ ਪਾਉਂਦੇ ਫਿਰਾਂਗੇ ਆਪਾਂ। ਪਹਿਲਾਂ ਇਹਨੂੰ ਆਪਾਂ ਸਿੱਧਾ ਕੈਂਚੀ ਨੂੰ ਐਂ ਕੱਟਣਾ, ਤੇ ਜਿੱਥੋਂ ਆਪਾਂ ਐਂ ਗੁਲਾਈ ਲਈ ਆ ਇਹਨੂੰ ਐਂ ਕਰਕੇ ਗੋਲ ਲੈ ਜਾਣਾ। ਅਗਲੀ ਸਾਈਡ ਤੇ ਇਹਦੀ ਜਿਹੜੀ ਆਪਾਂ ਗੁਲਾਈ ਪਾ ਦੇਣੀ, ਯਾਨੀ ਕਿ ਕਾਰਡ ਪਾ ਦੇਣੀ ਇਹਦੀ ਆਪਾਂ। ਲੋ ਜੀ, ਬਾਂਹ ਵੀ ਆਪਣੀ ਕੱਟੀ ਗਈ। ਇਹ ਜਿਹੜਾ ਐਕਸਟਰਾ ਕੱਪੜਾ ਵਾ, ਜਿਵੇਂ ਕਿਸੇ ਵੇਲੇ ਬੈਲਟ ਦੇ ਵਿੱਚ ਆਪਣਾ ਜੋੜ ਪਾਉਣਾ ਪਵੇ ਉਹਨੂੰ ਵੀ ਤੁਸੀਂ ਪਾ ਸਕਦੇ ਹੋ, ਚਾਹੇ ਗਲੇ ਨੂੰ ਕੋਈ ਲਾਉਣਾ ਡਿਜ਼ਾਇਨ ਤੁਸੀਂ ਉਹ ਲਾ ਸਕਦੇ ਹੋ। ਇਹਨੂੰ ਆਪਾਂ ਫਿਲਹਾਲ ਇੱਕ ਸਾਈਡ ਤੇ ਰੱਖਦੇ ਹਾਂ। ਇੱਧਰ ਦੇਖੋ, ਮੈਂ ਇਸ ਕਰਕੇ ਥੱਲੇ ਬਹਿ ਕੇ ਕੱਪੜੇ ਨਹੀਂ ਕੱਟਦੀ, ਮੈਂ ਬੈੱਡ ਤੇ ਕੱਟਦੀ ਆਈ ਸੀ ਪਹਿਲਾਂ ਸਾਰੇ ਕੱਪੜੇ। ਜਦੋਂ ਮੈਂ ਥੱਲੇ ਬਹਿ ਕੇ ਕੱਟਦੀ ਨਾ, ਮਾਰਕਾ ਬਦੋ ਬਦੀ ਮੇਰੇ ਥੱਲੇ ਆ ਜਾਂਦਾ, ਕਦੀ ਪੈਰ ਦੇ ਥੱਲੇ, ਕਦੇ ਹੱਥ ਦੇ। ਦੇਖੋ ਕਿਵੇਂ ਚੂਰਾ ਚੂਰਾ ਕਰ ਦਿੱਤਾ ਮੈਂ ਮਾਰਕੇ ਦਾ। ਇਹ ਤੁਸੀਂ ਖਾਸ ਧਿਆਨ ਰੱਖਿਓ ਜੀ, ਨਹੀਂ ਤੇ ਪੈਨ ਰੱਖ ਲਿਓ। ਮੈਂ ਮਾਰਕਾ ਘੱਟ ਹੀ ਵਰਤਦੀ ਹੁੰਦੀ ਹਾਂ, ਮੈਂ ਪੈਨ ਹੋਵੇ ਪੈਨਸਲ ਹੋਵੇ ਕੋਈ ਵੀ, ਤੇ ਨਹੀਂ ਤੇ ਬਹੁਤੀ ਗੱਲ ਸਿੱਧਾ ਐਂ ਗੇਠਣਾ ਨਿਸ਼ਾਨ ਲਾ ਦੇਈਦਾ ਵੀ ਇੰਨਾ ਕੁ ਚੀਜ਼ ਚਾਹੀਦੀ ਹੈ। ਇਹ ਤੇ ਜਦੋਂ ਆਪਾਂ ਸੀਂਦੇ ਰਹੀਏ ਨਾ ਫੇਰ ਗੱਲ ਆ, ਜਿਹਨੇ ਪਹਿਲੀ ਵਾਰੀ ਕਰਨਾ ਤੁਸੀਂ ਕੋਸ਼ਿਸ਼ ਕਰਿਓ ਵੀ ਜਿਹਨੇ ਪਹਿਲੀ ਵਾਰੀ ਕਟਿੰਗ ਕਰਨੀ ਆ, ਅਖਬਾਰ ਲੈ ਕੇ ਇੱਦਾਂ ਜਿਵੇਂ ਸਾਨੂੰ ਪਹਿਲਾਂ ਸਲਾਈ ਸਿਖਾਉਂਦੇ ਹੁੰਦੇ ਸੀ ਨਾ, ਤੇ ਅਖਬਾਰ ਲੈ ਕੇ ਤੇ ਉਹਤੇ ਤੁਸੀਂ ਕਟਿੰਗ ਕਰ ਸਕਦੇ ਹੋ, ਨਹੀਂ ਤੇ ਜਿਵੇਂ ਛੋਟੇ ਪੁਰਾਣੇ ਕੋਈ ਕੱਪੜੇ ਪਏ ਆ ਉਹਦੇ ਤੇ ਤੁਸੀਂ ਕਟਿੰਗ ਕਰ ਸਕਦੇ ਹੋ। ਜਦੋਂ ਪ੍ਰੋਪਰਲੀ ਤੁਹਾਨੂੰ ਆ ਜਾਏ ਫਿਰ ਤੁਸੀਂ ਕੋਈ ਹਲਕਾ ਜਿਹਾ ਸੂਟ, ਜਿਵੇਂ ਸਾਡੀਆਂ ਦਾਦੀਆਂ ਮੰਮੀਆਂ ਦੱਸਦੀਆਂ ਹੁੰਦੀਆਂ ਸੀ ਵੀ 250 ਵਾਲਾ ਕੋਈ ਸੂਟ ਲਿਆ ਕੇ ਉਹਦੀ ਕਟਿੰਗ ਕਰਕੇ ਉਹਨੂੰ ਸਿਲਾਈ ਕਰਕੇ ਦੇਖ ਲਿਓ, ਪੂਰਾ ਪਰਫੈਕਟ ਹੋ ਗਿਆ, ਫਿਰ ਤੁਸੀਂ ਮਹਿੰਗਾ ਸੂਟ ਵੀ ਕੱਟ ਸਕਦੇ ਹੋ। ਹੁਣ ਆਪਾਂ ਜਿਹੜਾ ਦੂਜਾ ਸਲਵਾਰ ਦਾ ਆਪਾਂ ਨਿਸ਼ਾਨ ਲਾਇਆ ਸੀਗਾ, ਉੱਥੋਂ ਆਪਾਂ ਸਲਵਾਰ ਦੀ ਕਟਿੰਗ ਕਰ ਲੈਣੀ ਹੈ। ਦੇਖੋ ਤੇ ਬਾਕੀ ਜਿਹੜੀ ਇਹ ਮੈਂ ਦੱਸਦੀ ਪਈ ਹਾਂ, ਕਈ ਭੈਣਾਂ ਜਿਹੜੀਆਂ ਐਕਸਪਰਟ ਆ ਨਾ ਮੈਨੂੰ ਦੱਸਣਗੀਆਂ, ਮੈਸੇਜ ਕਰ ਕਰਕੇ ਕਮੈਂਟ ਕਰਨਗੀਆਂ ਵੀ ਇੱਦਾਂ ਨਹੀਂ ਜੀ, ਇੱਦਾਂ ਕੱਟਣਾ ਸੀ, ਇੱਦਾਂ ਨਹੀਂ ਕੱਟਣਾ। ਤੁਹਾਨੂੰ ਮੈਂ ਦੱਸਿਆ ਆਪੋ ਆਪਣਾ ਤਰੀਕਾ ਹੁੰਦਾ ਵਾ, ਬਾਕੀ ਜੇ ਕਿਤੇ ਮੈਂ ਕੁਛ ਗਲਤ ਕਰ ਰਹੀ ਹਾਂ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਵੀ ਤੁਸੀਂ ਇੱਦਾਂ ਨਹੀਂ ਇੱਦਾਂ ਵੀ ਕਰ ਸਕਦੇ ਸੀਗੇ। ਉਸ ਚੀਜ਼ ਨੂੰ ਆਪਣਾ ਸਿੱਖਣਾ ਜਿਹੜਾ ਵਾ ਮੈਂ ਜ਼ਰੂਰੀ ਸਮਝਦੀ ਹਾਂ ਵੀ ਬੰਦਾ ਜਿਹੜਾ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਵਾ। ਤਰੀਕੇ ਜਿਵੇਂ ਪਹਿਲਾਂ ਕੱਲੀਆਂ ਸਲਵਾਰਾਂ ਪਾਉਂਦੇ ਸੀਗੇ, ਫਿਰ ਪਲਾਜੋ ਆ ਗਏ, ਫਿਰ ਸਲਾਰੇ ਆ ਗਏ, ਵੱਖਰੇ ਵੱਖਰੇ ਜਿਹੜੇ ਤਰੀਕੇ ਆ ਸੂਟ ਕਟਿੰਗ ਦੇ, ਤੇ ਉਸੇ ਤਰ੍ਹਾਂ ਜਿਹੜਾ ਤਰੀਕਾ ਵੀ ਬਦਲ ਜਾਂਦਾ। ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕਿਤੇ ਮੈਂ ਗਲਤ ਹਾਂ, ਤੇ ਮੈਂ ਉਸ ਚੀਜ਼ ਨੂੰ ਫੋਲੋ ਕਰੂੰਗੀ। ਤੇ ਬਾਕੀ ਜਿਨ੍ਹਾਂ ਨੇ ਪਹਿਲੀ ਵਾਰੀ ਸੀ ਕੇ ਪਾਉਣਾ ਨਾ, ਕਿਤੇ ਆਪਦਾ ਸੂਟ ਆਪ ਕਟਿੰਗ ਕਰਕੇ ਸੀ ਕੇ ਪਾ ਕੇ ਦੇਖਿਓ ਵੀ ਕਿੰਨਾ ਆਪਣੇ ਆਪ ਨੂੰ ਤਾਂ ਨਾ ਐਂ ਲੱਗਣਾ ਵੀ ਮੈਨੂੰ ਕੋਈ ਤਾਰੀਫ ਮੇਰੀ ਕਰੀ ਜਾਵੇ ਵੀ ਤੂੰ ਆਪੇ ਸੂਟ ਸੀ ਕੇ ਪਾਇਆ, ਤੂੰ ਆਪੇ ਸੂਟ ਸੀ ਕੇ ਪਾਇਆ। ਕਿਉਂਕਿ ਸੂਟ ਜਿਵੇਂ ਅੱਜ ਕੱਲ੍ਹ ਸਵਾਈਆਂ ਦੇਖੋ ਕਿੰਨੀਆਂ ਵਾ, ਮਿਹਨਤ ਦੇ ਅਗਲੇ ਚਲੋ ਪੈਸੇ ਲੈਂਦੇ ਆ, ਤੇ ਆਪਾਂ ਲੈਂਦੇ ਹਾਂ ਜੀ 400-500 ਦਾ ਸੂਟ ਲਿਆ ਆਪਾਂ, ਤੇ 400-500 ਉੱਤੇ ਲੱਗ ਜਾਂਦੀ ਆਪਣੀ ਸਵਾਈ, ਨੋਰਮਲ ਸੂਟ ਦੀ ਦੱਸਦੇ ਹਾਂ ਆਪਾਂ ਤੁਹਾਨੂੰ, ਤੇ ਫਿਰ ਉਹ ਕਿੰਨਾ ਮਹਿੰਗਾ ਪੈ ਜਾਂਦਾ। ਇੱਦਾਂ ਜਦੋਂ ਤੁਸੀਂ ਆਪਣੇ ਆਪ ਹੀ ਸੀਨ ਲੱਗ ਗਏ ਨਾ, ਤੇ ਫਿਰ ਤੁਹਾਨੂੰ ਉਹ ਮਹਿੰਗਾ ਨਹੀਂ ਲੱਗਣਾ। ਹੁਣ ਬੈਲਟ ਤੇ ਨੋਰਮਲ ਜਿਹੜੀ ਬਣਾਈਦੀ ਆ ਉਹਦਾ ਤੇ ਆਪਾਂ ਚਲੋ ਤੁਹਾਨੂੰ ਕੀ ਦੱਸਣਾ, ਬਾਅਦ ਜਿਹੜੀ ਸਲਵਾਰ ਆ ਉਹਦੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿਵੇਂ ਕਟਿੰਗ ਕਰਨੀ। ਇਹ ਕੱਪੜੇ ਨੂੰ ਸਾਰੇ ਨੂੰ ਆਪਾਂ ਪਹਿਲਾਂ ਪੱਧਰਾ ਕਰ ਲੈਣਾ, ਜਿਹੜੀ ਆਪਾਂ ਜਿੰਨੀ ਲੰਬਾਈ ਇਹਦੀ ਰੱਖੀ ਹੈ।
ਹੁਣ ਇਹ ਕੱਪੜਾ ਸਾਰਾ ਆਪਾਂ ਪੱਧਰਾ ਕਰ ਲਿਆ ਤੇ ਇਧਰ ਨੂੰ ਆਪਾਂ ਇਹ ਕੱਪੜਾ ਜਿਹੜਾ ਪੌਂਚੇ ਦਾ ਮੋੜ ਦਿੱਤਾ ਇਹਦੀ ਆਪਾਂ ਇਹਦੀ ਲੰਬਾਈ ਚੈੱਕ ਕਰ ਲੈਂਦੇ ਆ ਜਿਵੇਂ ਆਪਾਂ ਨੂੰ ਇਹ ਚਾਹੀਦੀ ਆ 3 ਇੰਚ ਤਿਆਰ ਚਾਹੀਦਾ ਹਨਾ 3 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਲੰਬਾਈ ਫਿਰ ਆਪਾਂ ਨੂੰ ਪੌਂਚਾ ਕਿੰਨਾ ਚੌੜਾ ਚਾਹੀਦਾ ਵਾ ਇਹ ਦੇਖੋ 6 ਇੰਚ ਮੈਂ ਰੱਖਿਆ ਕੱਲਾ ਪੌਂਚਾ ਯਾਨੀ ਕਿ 6 ਇੰਚ ਕੱਪੜਾ ਜਿਹੜਾ ਅੰਦਰ ਨੂੰ ਆਪਾਂ ਮੋੜ ਦਿੱਤਾ ਇਹ ਪੌਂਚਾ ਆਪਣਾ ਬਣ ਜੂਗਾ ਤੇ ਇਹਦੇ ਨਾਲ ਜਿਵੇਂ ਇਹ 2.5 ਇੰਚ ਹੋ ਗਿਆ ਕੁੰਦਾ ਇਹਦੇ ਬਰਾਬਰ ਤੇ ਬਿਲਕੁਲ ਇਥੋਂ ਆਪਾਂ 2.5 ਇੰਚ ਜਿਹੜਾ ਕੁੰਦਾ ਰੱਖ ਲੈਣਾ ਕੋਈ ਪੌਂਚਾ ਵੱਡਾ ਪਾਉਂਦਾ ਕੋਈ ਛੋਟਾ ਪਾਉਂਦਾ ਇਹ ਦੇਖੋ 2.5 ਇੰਚ ਆਪਾਂ ਕੁੰਦਾ ਰੱਖ ਲਿਆ ਤੇ ਇਹਦਾ ਨਿਸ਼ਾਨ ਜਿਹੜਾ ਆਪਾਂ ਇੱਧਰ ਨੂੰ ਲਾ ਦੇਣਾ ਇਹ ਹੋ ਗਈ ਪੌਂਚੇ ਦੀ ਤੇ ਕੁੰਦਾ ਸਮੇਤ ਜਿਵੇਂ ਇਹਦੇ ਵਿੱਚ ਸੀਨ ਵੀ ਘੱਟ ਵੱਜਦੀ ਹੈ ਜੇ ਤੁਹਾਡੇ ਕੋਲ ਟਾਈਮ ਘੱਟ ਆ ਤੇ ਜੇ ਟਾਈਮ ਹੈਗਾ ਤੇ ਉਹਨੂੰ ਥੋੜਾ ਥੋੜਾ ਸੀਨ ਨੂੰ ਭਰ ਸਕਦੇ ਹੋ ਵੈਸੇ ਵੀ ਸਲਵਾਰ ਜਿਹੜੀ ਇਸ ਤਰੀਕੇ ਨਾਲ ਬਣਾਈਏ ਤੇ ਖੁੱਲੀ ਬਣਦੀ ਹੈ ਜਿਵੇਂ ਹੁਣ ਆਪਾਂ ਵੈਸੇ ਬਰਸਰ ਦੇ ਪਾਉਂਦੇ ਕੁੰਦੇ ਤੇ ਛੋਟਾ ਪੈਣਾ ਸੀਗਾ ਹੁਣ ਇਦਾਂ ਜਿਹੜਾ ਵਾ ਕੁੰਦਾ ਵੱਡਾ ਪਊਗਾ ਹੁਣ ਇਧਰੋਂ ਆਪਾਂ ਮਿੰਤੀ ਕਰ ਲਈ ਆ ਇਸੇ ਤਰ੍ਹਾਂ ਆਪਾਂ ਉਧਰਲੀ ਸਾਈਡ ਤੋਂ ਮਿੰਤੀ ਕਰਨੀ ਜਿਵੇਂ ਉਧਰੋਂ ਆਪਾਂ ਲੰਬਾਈ ਲਈ ਸੀ ਨਾ ਤੇ ਹੁਣ ਦੂਸਰੇ ਕੁੰਦੇ ਦੀ ਆਪਾਂ ਲੰਬਾਈ ਇਧਰੋਂ ਲੈਣੀ ਆਪੋਜਿਟ ਇਥੋਂ ਲੈਣੀ ਹੈ ਦੇਖੋ ਜੀ ਆਪਾਂ 3 ਇੰਚ ਲੰਬਾਈ ਤੇ ਹੁਣ ਆਪਾਂ ਇਥੋਂ ਵੀ ਇਧਰ ਨੂੰ ਜਿਹੜਾ ਚੜਾਈ ਵਾਲਾ ਨਿਸ਼ਾਨ ਉਹ ਵੀ 2.5 ਇੰਚ ਦਾ ਆਪਾਂ ਲਾ ਲਾਂਗੇ ਜਿਹੜਾ ਇਹ ਨਿਸ਼ਾਨ ਆਪਣਾ ਤੇ ਉਧਰੋਂ ਇਹ ਨਿਸ਼ਾਨ ਇਹ ਨਿਸ਼ਾਨ ਨੂੰ ਇਦਾਂ ਤੁਸੀਂ ਇੰਚੀ ਟੇਪ ਰੱਖ ਕੇ ਤੇ ਮਿੰਤੀ ਦੇ ਤੇ ਨਿਸ਼ਾਨ ਲਾ ਦੇ ਆਪਾਂ ਤਿਰਛਾ ਕੱਟਣਾ ਕੁੰਦੇ ਨੂੰ ਇੱਦਾਂ ਆਪਾਂ ਜਿਹੜਾ ਤਿਰਛਾ ਨਿਸ਼ਾਨ ਲਾ ਦੇਣਾ ਸਾਰਾ ਇਹ ਨਿਸ਼ਾਨ ਨਾਲ ਨਿਸ਼ਾਨ ਲਾਉਂਦੇ ਲਾਉਂਦੇ ਉੱਧਰ ਆਪਾਂ ਮਿਲਾ ਦੇਣਾ ਤੇ ਇਹ ਦੇਖੋ ਇਹ ਸਲਵਾਰ ਦੀ ਜਿਹੜੀ ਸਾਰੀ ਆਪਣੀ ਮਿੰਤੀ ਹੋ ਗਈ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਦੇ ਹਾਂ ਸਿੱਧਾ ਕੱਟ ਦੇਣਾ ਕੁੰਦਾ ਹੁਣ ਇਧਰਲਾ ਕੁੰਦਾ ਆਪਾਂ ਚੁੱਕ ਕੇ ਤੇ ਇਸ ਕੁੰਦੇ ਦੇ ਉੱਪਰ ਰੱਖ ਦੇਣਾ ਬਰਾਬਰ ਦਾ ਆਪਾਂ ਕਰ ਲੈਣਾ ਸਾਰਾ ਕੱਪੜਾ ਜਿਹੜੀ ਬਾਅਦ ਘਾਟ ਆ ਉਹ ਇੱਧਰ ਜਿਹੜੀ ਸਿਲਾਈ ਵੱਜਣੀ ਹੈ ਨਾਲੀ ਦੇ ਉੱਚ ਆਪਾਂ ਕੱਢ ਦੇਣੀ ਹੈ ਐ ਪੂਰਾ ਬਰਾਬਰ ਦਾ ਆਪਾਂ ਇੱਥੋਂ ਕੱਪੜਾ ਕਰ ਲੈਣਾ ਦੇਖੋ ਜਿਹੜੀ ਵੱਧ ਘਾਟ ਆ ਜਿਵੇਂ ਇਹ ਦੇਖੋ ਇਧਰਲੀ ਥੋੜੀ ਵੱਧ ਆ ਇਹ ਵੱਧ ਘਾਟ ਜਿਹੜੀ ਸਾਰੀ ਆਪਾਂ ਥੱਲੇ ਕੁੰਦੇ ਚ ਕੱਢ ਦੇ ਇਹ ਜਿਹੜੀ ਵੱਧ ਘਾਟ ਆ ਜਿਹੜੀ ਸਾਰੀ ਇੱਧਰ ਨਾਲੀ ਵਾਲੀ ਸਾਈਡ ਤੇ ਕੱਢ ਦੇਣੀ ਜਿਹੜੀ ਇੱਧਰ ਸੀਨ ਵੱਜਦੀ ਹੈ ਵਿਚਲੀ ਇਹ ਦੇਖੋ ਬਰਾਬਰ ਦਾ ਕੱਪੜਾ ਹੋ ਗਿਆ ਇੱਕ ਇਹਦਾ ਹੋਰ ਤਰੀਕਾ ਵੀ ਜੇ ਤੁਸੀਂ ਹੋਰ ਖੁੱਲਾ ਇਹਨੂੰ ਬਣਾਉਣਾ ਵਾ ਤੇ ਤੁਸੀਂ ਜਿੰਨਾ ਤੁਹਾਡੇ ਕੋਲ ਕੱਪੜਾ ਬਚਦਾ ਕਿਉਂਕਿ ਪੌਂਚਾ ਇਹਦੇ ਵਿੱਚ 3 ਇੰਚ ਪੂਰਾ ਨਹੀਂ ਬਚਣਾ ਜਿਵੇਂ ਆਪਾਂ ਇਹ ਜਿਹੜੀ ਪੂਰੀ ਪੂਰੀ ਲੰਬਾਈ ਰੱਖੀ ਹੈ ਤੁਸੀਂ ਉਸ ਤੋਂ ਵੱਧ ਵੀ ਰੱਖ ਸਕਦੇ ਹੋ ਤੇ ਇਸ ਚੀਜ਼ ਨੂੰ ਇਹਦੇ ਨਾਲ ਐ ਮੋੜ ਕੇ ਨੇ ਦੇਖੋ ਜੇ ਕੱਪੜਾ ਆਪਣਾ ਇਹ ਵੱਧ ਹੁੰਦਾ ਇੱਥੋਂ ਮੋੜ ਕੇ ਤੇ ਤੁਸੀਂ 10 ਇੰਚ ਇੱਥੋਂ ਆਸਨ ਕੱਢ ਕੇ ਇਹਦੀ ਸਲਵਾਰ ਜਿਹੜੀ ਹੋਰ ਖੁੱਲੀ ਕਰ ਸਕਦੇ ਹੋ ਫਿਲਹਾਲ ਆਪਾਂ ਨੂੰ ਨਹੀਂ ਚਾਹੀਦੀ ਤੇ ਆਪਾਂ ਐਕਸਟਰਾ ਕੱਪੜਾ ਜਿਹੜਾ ਇਹ ਦੇਖੋ ਇਹਦੇ ਨਾਲ ਮਿਣ ਕੇ ਥੱਲੜੇ ਕੁੰਦੇ ਨਾਲ ਮਿਣ ਕੇ ਸਿੱਧਾ ਲਾ ਦਾਂਗੇ ਇਹ ਜਿਹਨਾਂ ਕੁੰਦੀ ਵਾਲੀ ਸਲਵਾਰ ਕਹਿੰਦੇ ਨਾ ਤੁਸੀਂ ਉਹ ਵੀ ਬਣਾ ਸਕਦੇ ਹੋ ਇਹਦੇ ਵਿੱਚ ਕੁੰਦੀ ਪਾ ਸਕਦੇ ਹੋ ਪਰ ਆਪਾਂ ਨਹੀਂ ਇਹਦੇ ਵਿੱਚ ਪਾ ਰਹੇ ਹੁਣ ਸਿੱਧਾ ਇੱਥੋਂ ਆਪਾਂ 10 ਇੰਚ ਨਿਸ਼ਾਨ ਲਾ ਕੇ ਇੱਧਰ ਨੂੰ ਆਪਾਂ ਕੱਟ ਦਿਆ ਇੱਥੋਂ ਆਪਾਂ 10 ਇੰਚ ਦੇਖੋ ਆਸਨ ਰੱਖ ਲਿਆ ਤੇ 1 ਇੰਚ ਦੀ ਜਿਹੜੀ ਆਪਾਂ ਸਿਲਾਈ ਆ ਉਹ ਰੱਖ ਲਾਂਗੇ ਤੇ ਇਹ ਜਿਹੜਾ ਇੱਥੇ ਨਿਸ਼ਾਨ ਲਾ ਕੇ ਇੱਥੋਂ ਆਪਾਂ ਕੱਟ ਦਾਂਗੇ ਬਸ ਜਿਹੜਾ ਐਕਸਟਰਾ ਕੱਪੜਾ ਤੁਸੀਂ ਇੱਧਰ ਨੂੰ ਨਿਸ਼ਾਨ ਵੀ ਲਾ ਸਕਦੇ ਹੋ ਭਾਵੇਂ ਇਸ ਰੋਕ ਦਾ ਨਹੀਂ ਤਾਂ ਉੱਦਾਂ ਵੀ ਕੱਟ ਸਕਦੇ ਹੋ ਇਹ ਦੇਖੋ ਇੱਥੋਂ ਐਂ ਕਰਕੇ ਜਿਹੜੇ ਬਰਾਬਰ ਦਾ ਜਿਹੜਾ ਬਿਲਕੁਲ ਆਸਨ ਹੋ ਜਾਊਗਾ ਹੁਣ ਦੋਵੇਂ ਪਰਦੇ ਜਿਹੜੇ ਆਪਾਂ ਐਂ ਬਰਾਬਰ ਕਰ ਦੇਣੇ ਜਿਹੜੀ ਐਕਸਟਰਾ ਕੱਪੜਾ ਉਹ ਆਪਾਂ ਲਾ ਦੇਣੇ ਮੇਰੀ ਕੈਂਚੀ ਖਰਾਬ ਕਰ ਰਹੀ ਮੈਨੂੰ ਵਿੱਚੋਂ ਫਿਰ ਕੱਟ ਪਾ ਦਿੰਦੀ ਲਓ ਜੀ ਆਪਣੀ ਜਿਹੜੀ ਸਲਵਾਰ ਵੀ ਕੱਟੀ ਗਈ ਉੱਪਰਲੀ ਸਾਈਡ ਤੋਂ ਵੀ ਇਹ ਜਿਹੜਾ ਸਾਂਝਾ ਕੱਪੜਾ ਇਹਦੀ ਕਟਿੰਗ ਕਰ ਦਿੰਦੇ
देखो अपनी सलवार की जी चौड़ाई देखो कि खुली सलवार बन गई है। वैसे आप जो कुंदे पाते जी सलवार से अपनी टाइट बननी सी, हुण इन्ना क आपां नूं पहुंचा चाहीदा। तो बाकी सारा कुंदा ये चोणा पा के इनू जिनी भी तुहाड़ी चौड़ाई है बैल्ट की वह तुसीं बना सकदे हो। अपनी सलवार की कटिंग भी होगी, कमीज भी आपां कट लिया, बाकी अपनी 24 इंच जी बैल्ट की लंबाई है ये पूरी पूरी अपनी बन जाती है। हुण इहदी आपां इत्थों कटिंग कर देंगे। कैंची कभी मैं उधर छड आनी हाँ, कभी इंची टेप इधर छड आनी हाँ, कल्ले बंदे का भी औखा ही हुंदा। ये बन गई अपनी बैल्ट भी बिना जोड़। कई बीबियों ने भी बहुत हुंदा वा भी बैल्ट दे विच कोई जोड़ ना आवे, आपां बिना जोड़ तो देख लो बैल्ट बनाई आ, सलवार भी जिहड़ी अपनी खुली बनी आ, लंबाई अपनी कमीज की भी पूरी आ। कॉटन के सूट की खास करके तुसीं इंच डेढ़ इंच जिहड़ी आ लंबाई वध ही रख्या करो, क्योंकि कॉटन का सूट जिहड़ा वा ना वो चढ़ जाता वा कपड़े का, कोई पता नहीं कोई आडे रुख सुंगड़ता तो कोई जो लंबे रुख सुंगड़ता। जे तुसीं इहनूं धो के कट सकते हो तो सब तो वधिया गल, जे नहीं तुसीं धोता तो तुसीं थोड़ा थोड़ा कपड़ा जिहड़ा वा दोनों साइडां तो वध रखना लंबाई च भी तो चौड़ाई च भी। किसे वेले कोई कईआं नूं ना कपड़ा जिन्नी वारी धोई जाणगे टाइट हो जाऊगा, उह आडे रुख भी कई जिहड़े कपड़े आ उह सिंख जिहे हो जांदे आ। इस करके कॉटन के सूट का जिहड़े कटिंग करदे हो तुसीं खास ध्यान रखना कि हुण आपां सारी कटिंग कर ली आ सूट की। कुछ ये भी मैं कट के रखे ने कपड़े, हौली हौली इन्हां नूं आपां सिलाई करी जावांगे। जिवें आपां तुहानूं दस्सिया सीगा कि मैं जिहड़ी सूट की कटिंग है ना एक दिन ही सारे कर लैंदे ने, जिन्ने मेरे को पए हुण 2-3 ते बाकी इन्हां दे विचों 1-2 सूट ही मैं लै के आई, बाकी सारे दित्ते ही आ। कभी कोई भैन भरा आ गया उन्हें देते, कभी कोई भैन भरा, मैनूं कोई इस चीज़ की संग शर्म नहीं हैगी। जे किसी ने दिता वधिया अपने पाउण नूं दिता आपां नूं पाउणा चाहिए। कई भैणां इन्हां चीज़ां नूं पसंद नहीं करदियां, कई सूट देखियो भी सारी ही जिंदगी वह बेचारे घूमते ही रहिंदे आ। मैं दिता अपनी मामी नूं, मामी ने दिता गा अपनी ननाण नूं, ननाण ने दिता गा चाची नूं, घूम घुमा के फिर भावें वह मेरे को ही आ जाए। कई सूट जिहड़े सारी उम्र ही बेचारे घूमते रहिंदे आ, पर मैं जिहड़ा कोई मैनूं भैण भरा दे मैं सी के जरूर पाउंदी हुंदी आ, क्योंकि अगले ने बड़े प्यार नाल दिता हुंदा। तो इदां ही मैं उम्मीद करदी हाँ भी चीज़ उ ही अगले ने दो जिहड़ा अगले नूं पसंद आ जाए। पर कई भैणां नूं जिन्हां नूं पसंद नहीं आउंदे महंगे महंगे सूट पाउंदियां, उह इहो जिहे सूट नहीं सीदियां, वेखणगियां वी भी किहो जिहे सूट कट्टी जांदी आ। पर मैनूं मेरे माँ प्यो ने दिते, भैन भरावां ने दिते, ये मेरियां भरजाइयां ने दिते, मैनूं बहुत प्यारे ने। सारे सूट आपां कटिंग कर ली आ, बाकी इन्हां नूं आपां हौली हौली सीवांगे। तो मशीन ते जिहड़ी उस तों सीण तों पहलां मैं मोटर लाऊंगी, क्योंकि कई भैणां कहिंदियां सी कि मैडम जे लत्तां तुहाडियां दुखदियां पैरां नाल तुसीं चलाउंदे हो ते तुसीं मोटर लवा लो। मोटर वाकई मैं लैके आई सी, बस इन्ना टाइम ही नहीं लगन दिया मोटर लगन दा, 400 रुपए का मैं लगता खर्चा वा मोटर आप 400 रुपए की ले आए थे। हुण इहनूं लावांगे घरे ही, तुहानूं पता हर एक काम आपां घरे कर लैंदे आ, जदों ते मोटर लाई मशीन ते उह वी आपां तुहानूं व्लॉग विखावांगे। ते इह जिहड़ा जिहड़ा लाइनिंग वाला इह सूट आ इह आपां पहलां ही मैं कट चुकी सीगी इक, जिवें आह मैं तुहानूं दस्सिया भी इह मैं रात ही सी लिया सीगा। मैनूं हुंदा छे छे जिहड़ा मैं कट्टिया, जे मेरे को टाइम हैगा ना तां मैं सी लां। इह सूट अपना तैयार हो चुका सीगा, ये मैं बाहों पर भी लाइनिंग लाई, नहीं तो कई बीबियां बाहों पर लाइनिंग नहीं लाउंदियां भी अगे कट ने, पर मैनू नहीं चंगा लगता बिना उत्तों लाइनिंग तो। ये लाइनिंग वाले सूट किवें कटने हैं डबल, वह भी आप जे तुहानूं किसी नूं वीडियो चाहिए दस दिओ, आप तुहानूं दस दांगे। इहदी बस जिहड़ी कटिंग आ वह डबल करनी पैंदी है, जिवें लाइनिंग की वक्री करनी पैंदी आ ते इहदी वक्री करनी पैंदी आ। ते कई लोग सांझी भी कर लैंदे, जिवें हुण मैं इकट्ठा ही कपड़ा जिहड़ा मिण के रख लैंदी, जिन्नी लाइनिंग चाहीदी उह आपां रख लैंदे आ। इहदी जे वीडियो चाहीदी तां वी तुसीं दस्सिओ, आपां तुहानूं वीडियो दस दांगे। ते इस कपड़े नूं तां लाइनिंग नहीं लगनी हैगी, इह नाल दा ही कपड़ा सीगा इह देखो इह सलवार दा, ते इहदी जिहड़ी बाकी दा बचिया कपड़ा उह सारा इहदी आपां कुर्ती बना देनी आ। डिजाइन इस तरहां दा सीगा इह, मेरे भाबी मैनूं देख के गए सीगे सूट, ते चल मैनूं लगदा कि मैं उहनां दा दित्ता सूट पाऊंगी, उहनां नूं वधिया लगूगा भी हाए मेरा दित्ता सूट पाया ना, है ना। मैनूं इस चीज़ की शर्म नहीं हुंदी, कोई लोक आखणगे लै अगले दे घर उहदा दित्ता ही सूट पा के जाइए, मैनूं नहीं इस चीज़ की शर्म हैगी। मैनूं हुंदा भी एवें यार पैसे खराब करने, ये भी तो है मैं गांह किसी नूं दऊंगी, गांह कोई होर किसी नूं दऊगा। इहदे नाल जिहड़ा कोई देख के जांदा भैण भरा वह बड़े प्यार दे नाल देख के जांदा हुंदा, तां सीं के पाया करो जरूर। इहदे भी सूट की मैं कटिंग कर ली आ, बस इहदी कुर्ती रह गई, वह बाद च कटिंग करूंगी। तो ये लाइनिंग वांगू ही हुंदा वा, जिवें वह कपड़ा जिहड़ा सलवार नाल दा एक्सट्रा कपड़ा वा, तो ये कमीज़ का कपड़ा वा। जिहड़ियां दो सलवारां रह गईआं, जिवें चिट्टे सूट नाल तुसीं कहा सीगा भी रंगदार सलवार बनायो, ये कमीज से मैं कट लिया, तो सलवारां कट्टण वालियां रह गईआं। ये इस तरह ही जिवें आपां काले सूट की सलवार कट्टी, इस तरह ही टोटे वांगू ये सलवार बनाउणी आ। ये कॉटन का, ये शांटल जी का कपड़ा वा। चिट्टी सलवार भी एक मैं लै आई सी, एक कलरफुल भी लै आई सी। ये छोटिया छोटिया कोशिशां आपां नूं करदे रहना चाहिए, क्योंकि जिंदगी दे विच
ਅਖੀਰ ਟਾਈਮ ਤੱਕ ਬੰਦਾ ਸਿੱਖਦਾ ਰਹਿੰਦਾ। ਹੁਣ ਕਈ ਭੈਣਾਂ ਕਹਿੰਦੀਆਂ ਵੀ ਸਾਨੂੰ ਪੂੜੇ ਬਣਾਉਣੇ ਨਹੀਂ ਆਉਂਦੇ। ਮੈਡਮ ਜੀ, ਤੁਸੀਂ ਪੂੜੇ ਕਿਵੇਂ ਬਣਾ ਲੈਂਦੇ? ਲੋਹੇ ਵਾਲੇ ਤਵੇ ਤੇ ਆਪਾਂ ਪੂੜੇ ਬਣਾ ਕੇ ਤੁਹਾਨੂੰ ਦੱਸਿਆ। ਹੌਲੀ ਹੌਲੀ ਕੋਸ਼ਿਸ਼ ਕਰਿਆ ਕਰੋ, ਆਪਣੇ ਆਪ ਹੀ ਆ ਜਾਂਦਾ। ਜਿਨ੍ਹਾਂ ਨੂੰ ਆਉਂਦਾ ਵਾ ਉਹ ਵੱਖਰੇ ਕਮੈਂਟ ਕਰ ਦਿੰਦੇ ਆ ਵੀ ਤੁਸੀਂ ਐਂ ਨਹੀਂ ਜੀ, ਐਂ ਕਰਨਾ ਸੀ। ਚਲੋ ਉਹਨਾਂ ਤੋਂ ਵੀ ਆਪਾਂ ਨੂੰ ਸਿੱਖਣ ਨੂੰ ਹੀ ਮਿਲਦਾ। ਬਾਕੀ ਜਿਨ੍ਹਾਂ ਨੇ ਬੈਡ ਕਮੈਂਟ ਕਰਨੇ ਉਹਨਾਂ ਤੇ ਕਰੀ ਜਾਣੇ ਆ। ਜਿਹੜੇ ਸਪੋਰਟ ਕਰਦੇ ਨੇ ਮੇਰੇ ਭੈਣ ਭਰਾ, ਜਿਹੜੇ ਚਿੰਤਿਤ ਹੁੰਦੇ ਨੇ ਮੇਰੀ ਵੀਡੀਓ ਨਾ ਆਉਣ ਤੇ ਕਿ ਮੈਡਮ ਜੀ ਤੁਸੀਂ ਠੀਕ, ਤੋਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਇੰਨਾ ਪਿਆਰ ਕਰਦੇ ਹੋ। ਕਿਸੇ ਵੇਲੇ ਕੋਈ ਅਭਿਨਵੀ ਹੋ ਜਾਂਦੀ ਹੈ ਤੇ ਆਪਾਂ ਵਲੌਗ ਨਹੀਂ ਪਾ ਸਕਦੇ, ਵੈਸੇ ਆਪਣੀ ਜ਼ਿੰਮੇਵਾਰੀ ਹੁੰਦੀ ਹੈ, ਆਪਾਂ ਰੋਜ਼ ਵਲੌਗ ਪਾਉਂਦੇ ਹਾਂ। ਤੇ ਇਹ ਜਿਹੜੇ ਅੱਜ ਕਟਿੰਗ ਕਰਨੀ, ਆਪਾਂ ਤਾਂ ਦੱਸੀਏ ਵੀ ਕਈ ਭੈਣਾਂ ਨੂੰ ਨਹੀਂ ਜਾਚ ਹੁੰਦੀ, ਕਈ ਜਿਹੜੀਆਂ ਜਿਵੇਂ ਬੱਚੇ ਵੱਡੇ ਵੱਡੇ ਹੋ ਜਾਂਦੇ ਫਿਰ ਵੀ ਸਿੱਖਦੀਆਂ। ਚਲੋ ਸਿੱਖਣ ਦੀ ਚਾਹਤ ਤਾਂ ਹੈਗੀ ਆ, ਬੁੱਢੇ ਬਾਰੇ ਵੀ ਸਿੱਖ ਲਓ, ਕੋਈ ਗੱਲ ਨਹੀਂ, ਸਿੱਖਣ ਆਪਾਂ ਨੂੰ ਜ਼ਰੂਰ ਚਾਹੀਦਾ ਵਾ ਕਿ ਆਪਾਂ ਉਹਨਾਂ ਭੈਣਾਂ ਵਾਸਤੇ ਵਲੌਗ ਬਣਾਇਆ ਵੀ ਜਿਹਨਾਂ ਨੂੰ ਜਾਚ ਨਹੀਂ ਹੈਗੀ, ਤੇ ਜਿਹਨਾਂ ਨੂੰ ਪੂਰੀ ਪਰਫੈਕਟ ਜਾਚ ਆ ਨਾ, ਉਹ ਵੀ ਜ਼ਰੂਰ ਵਲੌਗ ਦੇਖਿਓ। ਜੇ ਕੋਈ ਕਮੀ ਹੈ ਤਾਂ ਮੈਨੂੰ ਜ਼ਰੂਰ ਕੋਈ ਸੁਝਾਅ, ਜੇ ਕੋਈ ਦੇਣਾ ਚਾਹੁੰਦੇ ਤਾਂ ਦਿਓ, ਆਪਾਂ ਜ਼ਰੂਰ ਉਹ ਐਕਸੈਪਟ ਕਰਾਂਗੇ। ਅਗਲੇ ਦਾ ਸੁਝਾਅ ਵੀ ਮੈਨੂੰ ਕਿਸੇ ਨੇ ਜਾਣਕਾਰੀ ਦਿੱਤੀ ਆ। ਬਾਕੀ ਹੁਣ ਇਹ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ। ਜੇ ਵਲੌਗ ਚੰਗਾ ਲੱਗਾ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ। ਜਿਹੜੇ ਮੇਰੇ ਚੈਨਲ ਤੇ ਨਵੇਂ ਆਏ, ਇਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ, ਤੇ ਨਵੇਂ ਨਵੇਂ ਸੂਟ ਸੀ ਕੇ ਪਾ ਕੇ ਕਰਾਂਗੇ ਇੰਜੋਏ। ਮਿਲਦੇ ਨੇ ਨੈਕਸਟ ਵੀਡੀਓ, ਤਦ ਤੱਕ ਲਈ ਬਾਏ।